ਵੀ ਕੋਈ ਰੈਮਡੀ ਨੀ ਕਰਨੀ। ਟ੍ਰੈਡੀਸ਼ਨਲ ਰੈਮਡੀ ਕਿਹੜੀ ਹੁੰਦੀ ਆ? ਨੱਗ ਪਾਲੋ, ਯੰਤਰ, ਪੂਜਾ ਪਾਠ, ਲਾਲ ਕਿਤਾਬ, ਕਾਲੀ ਕਿਤਾਬ, ਪੀਲੀ ਕਿਤਾਬ ਦੇ ਪਾਏ ਕਰ ਲੋ। ਮੈਂ ਪੁੱਤਰ ਪਾਏ ਨੀ ਦੱਸਦਾ, ਮੈਂ ਸਿੱਧੀ ਭਵਿੱਖਬਾਣੀ ਕਰਦਾ। ਮੈਂ ਨੈਸ਼ਨਲ ਲੈਵਲ ਤੇ, ਇੰਟਰਨੈਸ਼ਨਲ ਲੈਵਲ ਤੇ ਪ੍ਰੈਡਿਕਸ਼ਨਾਂ ਕਰ ਚੁੱਕਾ। ਮੇਰਾ ਕੰਮ ਆ ਲੋਕਾਂ ਨੂੰ ਸੱਚਾਈ ਦਿਖਾਉਣੀ। ਤੁਸੀਂ ਸ਼ੀਸ਼ੇ 'ਚ ਆਪਣਾ ਚਿਹਰਾ ਦੇਖਦੇ ਆ, ਜੋ ਹੈਗਾ ਉਹੀ ਨਜ਼ਰ ਆਊਗਾ ਨਾ ਕਿ ਬਦਲ ਜਾਊਗਾ? ਅਤੇ ਮੈਂ ਜੋ ਤੁਹਾਨੂੰ ਰੱਬ ਨੇ ਦਿੱਤਾ ਮੈਂ ਉਹੀ ਦੱਸਣਾ, ਉਹਨੂੰ ਬਦਲ ਨਹੀਂ ਮੈਂ ਸਕਦਾ। ਜਿਹੜਾ ਬਦਲ ਦਾ ਦਾਵਾ ਕਰਦੇ ਆ ਉਹੀ ਤਾਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ। ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਉਹ ਪਾਏ ਨਾਂ ਦੀ ਪੂਰੀ ਦੁਨੀਆ 'ਚ ਕੋਈ ਚਿੜੀਆ ਹੀ ਨਹੀਂ ਹੈਗੀ। ਮੈਂ ਦੱਸਣਾ ਵੀ 14-15 ਸਾਲ ਦੀ ਉਮਰ ਦੇ ਵਿੱਚ ਮੈਂ ਆਪਣੇ ਯਾਰਾਂ ਨਾਲ, ਜਦੋਂ ਉਹਨਾਂ ਦੇ ਮੈਂ ਹੱਥ ਦੇਖਣੇ, ਮੈਂ ਆਪਣੇ ਹੱਥ ਵੀ ਦੇਖਣੇ, ਅਤੇ ਆਪਣੇ ਯਾਰਾਂ ਨੂੰ ਕਹਿਣਾ ਵੀ ਆਪਾਂ ਆਹ ਤੁਹਾਡਾ ਕੰਮ ਬਣਨਾ, ਆਹ ਕੰਮ ਨਹੀਂ ਬਣਨਾ। ਅਤੇ ਕਈ ਵਾਰੀ ਯਾਰਾਂ ਨੇ ਕਹਿਣਾ ਅਸੀਂ ਫਲਾਣੀ ਜਗ੍ਹਾ ਚੱਲੇ ਹਾਂ, ਅਤੇ ਮੈਂ ਕਹਿਣਾ ਆਪਾਂ ਚੱਲੇ ਜ਼ਰੂਰ ਹਾਂ ਪਰ ਆਪਣਾ ਕੰਮ ਨਹੀਂ ਬਣਨਾ। ਅਤੇ ਉਹ ਮੇਰੇ ਯਾਰ ਹੈਰਾਨ ਹੁੰਦੇ ਸੀ, ਮੇਰੇ ਯਾਰ ਮੈਨੂੰ ਕਹਿੰਦੇ ਹੁੰਦੇ ਤੂੰ ਕਾਲੀ ਜਵਾਨ ਵਾਲਾ ਆ, ਵੀ ਤੇਰੀ ਜੋ ਤੂੰ ਗੱਲ ਕਹਿੰਦਾ ਉਹ ਸੱਚ ਹੋ ਜਾਂਦੀ ਆ। ਅਤੇ ਤੁਸੀਂ ਹੈਰਾਨ ਹੋਵੋਗੇ ਵੀ ਮੈਂ, ਮੇਰੇ ਯਾਰ ਅੱਜ ਵੀ ਮੈਨੂੰ, ਜਿਹੜੇ ਮੇਰੇ ਬਚਪਨ ਦੇ ਯਾਰ ਆ, ਉਹ ਅੱਜ ਵੀ ਕਹਿੰਦੇ ਮੈਨੂੰ ਨਾ ਹੀ ਮੇਰਾ ਰੱਖਿਆ ਉਹਨਾਂ ਨੇ ਕਾਲੀ ਜਵਾਨ ਵਾਲਾ। ਜੋ ਤੁਸੀਂ ਕੁਝ ਕੀਤਾ ਆ ਪਿਛਲੇ ਜਨਮਾਂ 'ਚ, ਤੁਸੀਂ ਕੀ ਚੰਗੇ ਕੀਤੇ ਆ, ਮਾੜੇ ਕੰਮ ਕੀਤੇ ਆ, ਉਹ ਤੁਹਾਡੇ ਫਿੰਗਰ ਪ੍ਰਿੰਟ 'ਚ ਦਰਜ ਹੋ ਜਾਂਦੇ, ਤੁਹਾਡੇ ਚਿਹਰੇ 'ਤੇ ਦਰਜ ਹੋ ਜਾਂਦੇ ਆ, ਉਹ ਤੁਹਾਡੀ ਆਵਾਜ਼ 'ਚ ਦਰਜ ਹੋ ਜਾਂਦੇ। ਔਰ ਇਹ ਮੈਨੂੰ ਤਿੰਨ ਚੀਜ਼ਾਂ ਰੱਬ ਨੇ ਗਿਫਟ ਕੀਤੀਆਂ। ਮੈਂ ਕਿਸੇ ਦਾ ਵੀ ਚਿਹਰਾ ਪੜ੍ਹ ਕੇ ਦੱਸ, ਮੇਰਾ ਮਤਲਬ ਕਹਿੰਦਾ ਵੀ ਹਰ ਚੀਜ਼ ਤੁਹਾਡੀ ਡੈਸਟੀਨੀ ਜਿਹੜੀ ਆ ਉਹ ਪ੍ਰੀ ਡਿਸਾਈਡਡ ਆ, ਉਹਨੂੰ ਕੋਈ ਬਦਲ ਨਹੀਂ ਸਕਦਾ। ਮੈਂ ਤਾਂ ਪ੍ਰੈਡਿਕਸ਼ਨ ਕਰਦਾ ਵੀ ਤਾਂ ਨਾ ਘਟਨਾ ਘਟਣੀ ਆ, ਅਤੇ ਜੇ ਨਹੀਂ ਘਟੂਗੀ ਤਾਂ ਮੈਂ ਤਾਂ ਪੈਸੇ ਵਾਪਸ ਲੈ ਜੀ, ਇਹ ਤਾਂ ਵੱਡੀ ਗੱਲ ਕਿਹੜੀ ਆ। 2005 'ਚ ਮੈਂ ਭਵਿੱਖਬਾਣੀ ਕੀਤੀ ਸੀ ਸੁਖਬੀਰ ਬਾਦਲ ਬਾਰੇ ਵੀ ਉਹ ਆਪਣੇ ਜਿੰਦੇ ਜੀ ਪਿਓ ਦੇ ਮੁੱਖ ਮੰਤਰੀ ਨਹੀਂ ਬਣ ਸਕਦਾ। ਉਹ ਬਣ ਸਕਿਆ 19 ਸਾਲ ਪਹਿਲੇ ਭਵਿੱਖਬਾਣੀ ਕੀਤੀ। ਹੁਣ ਤਾਂ ਬਾਦਲ ਸਾਹਿਬ ਹੈ ਨਹੀਂ ਵੱਡੇ, ਹੁਣ ਤਾਂ ਕੋਈ ਚਾਂਸ ਹੀ ਹੈ ਨਹੀਂ ਉਹਦਾ ਬਣਨ ਦਾ, ਮਤਲਬ ਵੀ ਕੋਈ ਨਹੀਂ ਬਣ ਜਾਏ ਮੁੱਖ ਮੰਤਰੀ, ਪਤਾ ਖਤਮ ਹੈ, ਕਹਾਣੀ ਖਤਮ ਹੈ ਉਹਦੀ, ਇਹ ਭਵਿੱਖਬਾਣੀ ਹੁੰਦੀ ਪੁੱਤਰ। ਤੁਸੀਂ ਕਿਹੜੀ ਜਾਣ ਬੰਦੇ ਨੂੰ ਮਿਲਦੇ ਆ, ਤੁਹਾਡਾ ਮਨ ਕਰਦਾ ਸੀ ਉਹਨਾਂ ਨਾਲ ਗੱਲ ਕਰਦੇ ਰਹੀਏ ਕਰਦੇ ਰਹੀਏ? ਸਮਟਾਈਮਸ ਹੁੰਦਾ ਕਿ ਨਹੀਂ ਹੁੰਦਾ, ਉਹ ਕਿੱਦਾਂ ਹੁੰਦਾ? ਤੁਸੀਂ ਉਹਨਾਂ ਨਾਲ ਗੱਲ ਕਰਨ ਦਾ ਕਿਉਂ ਚੰਗਾ ਲੱਗਦਾ? ਬੰਦਾ ਤਾਂ ਤੁਹਾਡਾ ਜਾਣਕਾਰ ਹੀ ਨਹੀਂ ਹੁੰਦਾ, ਸਾਰੀ ਖੇਡ ਪੁੱਤ ਵਾਈਬ੍ਰੇਸ਼ਨ ਦੀ ਆ। ਜੇ ਤੁਹਾਨੂੰ ਕਿਸੇ ਪੋਜ਼ਿਟਿਵ ਵਾਈਬ੍ਰੇਸ਼ਨ ਆਉਂਦੀ ਆ ਤੁਹਾਡਾ ਮਨ ਕਰਦਾ ਉਹਨਾਂ ਨਾਲ ਗੱਲ ਕਰੀਏ, ਜੇ ਨੈਗੇਟਿਵ ਵਾਈਬ੍ਰੇਸ਼ਨ ਤੁਸੀਂ ਕਹਿੰਦੇ ਜੀ ਭੱਜ ਜੀ, ਅਸੀਂ ਉਹਨਾਂ ਨਾਲ ਗੱਲ ਨਾ ਕਰੀਏ। ਚੰਗੇ ਕਰਮ ਕਰੋਗੇ ਤਾਂ ਚੰਗਾ ਫਲ ਆਊਗਾ, ਮਾੜੇ ਕਰੋਗੇ ਤਾਂ ਮਾੜਾ ਫਲ ਆਊਗਾ। ਗੇਂਦ ਆ ਨਾ ਆਪਾਂ, ਗੇਂਦ ਆਪਾਂ ਘੁਮਾ ਕੇ ਮਾਰਦੇ ਹਾਂ ਦੀਵਾਰ 'ਤੇ, ਘੁੰਮ ਕੇ ਕਿੱਥੇ ਆਉਣੀ? ਮੇਰੇ ਕੋਲ ਜੇ ਮਾੜਾ ਕਰਮ ਜਾਊਗਾ ਮੇਰੇ ਕੋਲੋਂ ਤਾਂ ਵਾਪਸ ਆਊਗਾ, ਚੰਗਾ ਕਰਮ ਕਰਾਂਗੇ ਤਾਂ ਵਾਪਸ। ਮੇਰੇ ਕੋਲ ਲੋਕ ਮੈਕਸੀਮਮ ਉਹ ਆਉਂਦੇ ਆ ਜਿਹੜੇ ਜੋਤਿਸ਼ਾਂ ਤੋਂ ਲੁੱਟੇ ਪੁੱਟੇ ਹੋਏ ਆ, ਅੱਕ ਚੁੱਕੇ ਆ। ਉਹ ਪਤਾ ਕੀ ਕਹਿੰਦੇ ਆ, ਤੁਸੀਂ ਸਾਡੀ ਆਖਰੀ ਹੋਪ ਹੋ। ਦਨਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਤੁਹਾਡੇ ਨਾਲ ਪ੍ਰਿਆ ਸਿੰਘ। ਮਨੁੱਖੀ ਜੀਵਨ ਦੇ ਵਿੱਚ ਵਿਅਕਤੀ ਨੂੰ ਕੁਝ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਜੋ ਪਰਮਾਤਮਾ ਵੱਲੋਂ ਗੋਡ ਗਿਫਟਡ ਹੁੰਦੀਆਂ ਨੇ, ਤੇ ਅਕਸਰ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ ਚਰਚਾਵਾਂ ਦੇ ਵਿੱਚ ਵੀ ਰਹਿੰਦੀਆਂ ਨੇ, ਤੇ ਉਹਨਾਂ ਦੇ ਵਿੱਚ ਇੱਕ ਫੇਸ ਰੀਡਿੰਗ। ਜੀ ਹਾਂ, ਤੁਸੀਂ ਅਕਸਰ ਫੇਸ ਰੀਡਿੰਗ ਬਾਰੇ ਬਹੁਤ ਸੁਣਿਆ ਹੋਵੇਗਾ। ਤੁਸੀਂ ਕਹਿੰਦੇ ਹੋਵੋਗੇ ਉਹ ਵਿਅਕਤੀ ਜਿਹੜਾ ਫੇਸ ਰੀਡਿੰਗ ਕਰਦਾ ਉਹ ਬੰਦੇ ਦੇ ਪਾਸਟ, ਫਿਊਚਰ, ਪ੍ਰੈਜੈਂਟ ਸਭ ਦੱਸ ਦਿੰਦਾ, ਲੇਕਿਨ ਤੁਸੀਂ ਇਹ ਜਾਣ ਕੇ ਥੋੜ੍ਹਾ ਜਿਹਾ ਹੈਰਾਨ ਹੋਵੋਗੇ ਕਿ ਫੇਸ ਰੀਡਿੰਗ ਦੇ ਨਾਲ ਨਾਲ ਫਿੰਗਰ ਪ੍ਰਿੰਟ ਰੀਡਿੰਗ, ਵੋਇਸ ਰੀਡਿੰਗ ਸਭ ਦੱਸ ਦਿੰਦੇ ਨੇ। ਜੀ ਹਾਂ, ਸਾਡੇ ਨਾਲ ਮੌਜੂਦ ਨੇ ਇਹ ਮਹਾਨ ਸ਼ਖਸੀਅਤ ਕੁਮਾਰ ਅਸ਼ਵਨੀ ਜੀ, ਸੋ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ, ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਤੇ ਜਾਣਾਂਗੇ ਉਹਨਾਂ ਦੇ ਬਾਰੇ ਕੁਝ ਖਾਸ ਗੱਲਾਂ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ। ਨਮਸਕਾਰ ਜੀ। ਸਰ ਮੈਂ ਸਭ ਤੋਂ ਪਹਿਲਾਂ ਮਤਲਬ ਪੁੱਛਣਾ ਚਾਹੂੰਗੀ ਤੇ ਸਾਡੇ ਦਰਸ਼ਕ ਨੇ ਜਿਹੜੇ ਨੇ ਉਹ ਜਾਣਨਾ ਚਾਹੁੰਦੇ ਨੇ, ਤੇ ਮੈਂ ਚਾਹੁੰਦੀ ਤੁਸੀਂ ਇੱਕ ਵਾਰ ਆਪ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਦੱਸੋ। ਦੇਖੋ ਜੀ, ਮੈਂ ਇੱਕ ਤਾਂ ਨੈਚੁਰਲ ਵਾਇਸ ਰੀਡਰ ਹਾਂ, ਫੇਸ ਰੀਡਰ ਹਾਂ ਅਤੇ ਫਿੰਗਰਪ੍ਰਿੰਟ ਰੀਡਰ ਹਾਂ।
ਤੇ ਮੈਂ ਇਹ ਜਿਹੜਾ ਮੈਨੂੰ ਗਿਆਨ ਹੈ ਇਹ ਰੱਬ ਵੱਲੋਂ ਗਿਫਟ ਕੀਤਾ ਹੋਇਆ ਗਿਆਨ ਆ। 15 ਸਾਲ ਦੀ ਉਮਰ ਤੋਂ ਮੈਂ ਇਹ ਕੰਮ ਕਰ ਰਿਹਾ ਜੀ, ਤੇ ਮੈਨੂੰ ਇਹ ਜ਼ਿੰਦਗੀ 'ਚ ਕੋਈ ਵੀ ਆਰਟ ਫੀਲਡ ਦੀ ਜਿਹੜੀ ਚੀਜ਼ ਆ ਨਾ ਉਹ ਰੱਬ ਗਿਫਟ ਕਰਦਾ, ਜਿੱਦਾਂ ਮੁਹੰਮਦ ਰਫੀ ਆ, ਕਿਸ਼ੋਰ ਕੁਮਾਰ ਆ, ਲਤਾ ਜੀ ਆ, ਇਹਨਾਂ ਨੂੰ ਰੱਬ ਨੇ ਗਿਫਟ ਕੀਤਾ ਹੈ ਗਾਣਾ ਗਾਉਣ ਲਈ ਨਾ। ਹੁਣ ਬੱਬੂ ਮਾਨ ਲੈ ਲਓ, ਉਹ ਖੁਦ ਗਾਣਾ ਲਿਖਦਾ ਤੇ ਗਾਉਂਦਾ, ਗੈਰੀ ਸੰਧੂ ਵੀ ਲਿਖਦਾ ਤੇ ਗਾਉਂਦਾ। ਦੁਨੀਆਂ ਦੇ ਵਿੱਚ ਕੋਈ ਵੀ ਸੰਸਥਾ ਨਹੀਂ ਬਣੀ ਤੁਹਾਨੂੰ ਕੋਈ ਚੀਜ਼ ਸਿਖਾ ਦੇਵੇ ਤੁਹਾਨੂੰ। ਜੇ ਰੱਬ, ਜੇ ਮੰਨ ਲਓ ਕੋਈ ਸਿੰਗਰ ਆ ਉਹਦੇ ਅੰਦਰ ਰੱਬ ਨੇ ਸੁਰ ਪਾਇਆ ਆ ਤੇ ਗੁਰ ਉਸ ਸੁਰ ਨੂੰ ਚਮਕਾ ਸਕਦਾ ਆ, ਉਹ ਚ ਪਾ ਨਹੀਂ ਸਕਦਾ। ਇਹ ਮੈਨੂੰ ਕੁਦਰਤ ਵੱਲੋਂ ਗਿਫਟ ਆ, ਨੈਚੁਰਲ ਆ ਮੈਨੂੰ ਜੀ। ਅਤੇ ਤੁਹਾਨੂੰ ਕਦੋਂ ਤੇ ਕਿਵੇਂ ਪਤਾ ਲੱਗਿਆ ਕਿ ਤੁਹਾਡੇ ਅੰਦਰ ਇਹ ਖੂਬੀ ਆ ਵੀ ਤੁਸੀਂ ਕਿਸੇ ਦਾ ਚਿਹਰਾ ਦੇਖ ਕੇ, ਤੁਸੀਂ ਕਿਸੇ ਦੀ ਆਵਾਜ਼ ਸੁਣ ਕੇ, ਫਿੰਗਰਪ੍ਰਿੰਟਸ ਦੇਖ ਕੇ ਤੁਸੀਂ ਉਸ ਬੰਦੇ ਦੇ ਪਾਸਟ, ਪ੍ਰੈਜ਼ੈਂਟ, ਫਿਊਚਰ ਵੀ ਦੱਸ ਸਕਦੇ ਹੋ? ਮੈਂ ਦੱਸ ਰਿਹਾ ਵੀ 14-15 ਸਾਲ ਦੀ ਉਮਰ ਦੇ ਵਿੱਚ ਮੈਂ ਆਪਣੇ ਯਾਰਾਂ ਨਾਲ ਜਦੋਂ ਉਹਨਾਂ ਦੇ ਮੈਂ ਹੱਥ ਦੇਖਣੇ, ਮੈਂ ਆਪਣੇ ਹੱਥ ਵੀ ਦੇਖਣੇ ਤੇ ਆਪਣੇ ਯਾਰਾਂ ਨੂੰ ਕਹਿਣਾ ਵੀ ਆਪਾਂ ਆਹ ਤੁਹਾਡਾ ਕੰਮ ਬਣਨਾ, ਆਹ ਕੰਮ ਨਹੀਂ ਬਣਨਾ। ਤੇ ਕਈ ਵਾਰੀ ਯਾਰਾਂ ਨੇ ਕਹਿਣਾ ਅਸੀਂ ਫਲਾਣੀ ਜਗ੍ਹਾ ਚੱਲੇ ਹਾਂ, ਤੇ ਮੈਂ ਕਹਿਣਾ ਆਪਾਂ ਚੱਲੇ ਜ਼ਰੂਰ ਹਾਂ ਪਰ ਆਪਣਾ ਕੰਮ ਨਹੀਂ ਬਣਨਾ। ਤੇ ਉਹ ਮੇਰੇ ਯਾਰ ਹੈਰਾਨ ਹੁੰਦੇ ਸੀ, ਮੇਰੇ ਯਾਰ ਮੈਨੂੰ ਕਹਿੰਦੇ ਹੁੰਦੇ ਸੀ ਤੂੰ ਕਾਲੀ ਜ਼ਬਾਨ ਵਾਲਾ ਆ, ਵੀ ਤੇਰੀ ਜੋ ਤੂੰ ਗੱਲ ਕਹਿੰਦਾ ਉਹ ਸੱਚ ਹੋ ਜਾਂਦੀ ਆ। ਤੇ ਤੁਸੀਂ ਹੈਰਾਨ ਹੋਵੋਗੇ ਵੀ ਮੈਂ, ਮੇਰੇ ਯਾਰ ਅੱਜ ਵੀ ਮੈਨੂੰ, ਜਿਹੜੇ ਮੇਰੇ ਬਚਪਨ ਦੇ ਯਾਰ ਆ ਉਹ ਅੱਜ ਵੀ ਕਹਿੰਦੇ ਮੈਨੂੰ ਨਾ ਹੀ ਮੇਰਾ ਰੱਖਿਆ ਉਹਨਾਂ ਨੇ ਕਾਲੀ ਜ਼ਬਾਨ ਵਾਲਾ। ਤੇ ਤੁਸੀਂ ਕਿਸ ਢੰਗ ਨਾਲ ਮਤਲਬ ਦੇਖਦੇ ਹੋ ਕਿਸੇ ਬੰਦੇ ਦਾ ਪਾਸਟ, ਫਿਊਚਰ, ਪ੍ਰੈਜ਼ੈਂਟ? ਦੇਖੋ ਗੱਲ ਇਹ ਆ ਵੀ ਜਿਹੜਾ ਸਾਰਾ ਖੇਡ ਪਿਛਲੇ ਜਨਮਾਂ ਦਾ ਆ, ਜੋ ਜੋ ਕੁਛ ਵੀ ਅਸੀਂ ਜ਼ਿੰਦਗੀ ਦੇ ਵਿੱਚ ਅੱਜ ਅਸੀਂ ਸਾਨੂੰ ਕੁਛ ਲੱਭ ਰਿਹਾ ਜਾਂ ਕੁਛ ਮਿਲ ਰਿਹਾ, ਕਿਸੇ ਨੂੰ ਵੀ ਮਿਲ ਰਿਹਾ, ਕਿਸੇ ਨੂੰ ਪੈਸਾ ਮਿਲ ਰਿਹਾ, ਕਿਸੇ ਨੂੰ ਪੁੱਤਰ ਮਿਲ ਰਿਹਾ, ਕਿਸੇ ਨੂੰ ਕੁਛ ਵੀ ਮਿਲ ਰਿਹਾ, ਉਹ ਸਾਰੇ ਪਿਛਲੇ ਜਨਮਾਂ ਦੀ ਖੇਡ ਆ, ਜਿਹਨੂੰ ਕਹਿੰਦੇ ਪੂਰਵ ਜਨਮ ਦੇ ਸੰਚਿਤ ਕਰਮਾਂ ਦੀ ਖੇਡ ਆ। ਹੁਣ ਤੁਹਾਨੂੰ ਮੈਂ ਕੁਝ ਰਿਸ਼ੀਆਂ ਦੀ ਗੱਲਾਂ ਦੱਸਦਾ। ਬਿਲਕੁਲ। ਆਪਣੇ ਬਾਬਾ ਨਾਨਕ ਜੀ ਕਹਿੰਦੇ ਨੇ ਵੀ ਹੁਕਮੇ ਅੰਦਰ ਸਭ ਹੈ, ਹੁਕਮੇ ਬਾਹਰ ਨਾ ਕੋਏ, ਨਾਨਕ ਹੁਕਮੇ ਜੋ ਬੁਝੇ ਹੋਮੇ ਕਾਏ ਹੋਏ। ਵੀ ਜੇ ਬੰਦੇ ਨੂੰ ਇਹ ਪਤਾ ਲੱਗ ਜਾਏ ਵੀ ਮੈਨੂੰ ਦਿੱਤਾ ਕੀ ਆ ਰੱਬ ਨੇ, ਤਾਂ ਬੰਦੇ ਦੀ ਆਤਮਾ ਸ਼ਾਂਤ ਹੋ ਜਾਂਦੀ ਆ। ਆਪਾਂ ਕਿਉਂ ਕਹਿੰਦੇ ਹਾਂ ਸਿੱਖ ਧਰਮ 'ਚ ਤੇਰਾ ਭਾਣਾ ਮਿੱਠਾ ਲੱਗੇ, ਕਹਿੰਦੇ ਕਿ ਨਹੀਂ ਕਹਿੰਦੇ? ਇਹਦਾ ਮਤਲਬ ਉਹ ਰੱਬ ਦੀ ਮਰਜ਼ੀ ਸੀ, ਇੱਦਾਂ ਹੀ ਹੋਣਾ ਸੀ, ਤੇ ਉਹਦੀ ਸਾਨੂੰ ਉਹਦਾ ਹੁਕਮ ਮੰਨਣਾ ਪੈਣਾ। ਇਹ ਬਾਬਾ ਨਾਨਕ ਜੀ ਕਹਿ ਗਏ ਆ। ਤੇ ਦੂਜੇ ਪਾਸੇ ਭਗਤ ਕਬੀਰ ਜੀ ਕਹਿੰਦੇ ਆ, ਉਹ ਕਹਿੰਦੇ ਆ ਪਰਾਰਬਧ ਪਹਿਲੇ ਬਣਾ, ਪਰਾਰਬਧ ਮੀਨਸ ਕਿਸਮਤ, ਕਿਸਮਤ ਤੁਹਾਡੀ ਰੱਬ ਪਹਿਲੇ ਲਿਖਦਾ, ਪਾਛੇ ਬਣਾ ਸਰੀਰ, ਵੀ ਜਨਮ ਤੁਹਾਨੂੰ ਰੱਬ ਬਾਅਦ ਚੋਂ ਦਿੰਦਾ। ਕਬੀਰ ਅਚੰਬਾ ਹੈ ਜਹੀ ਮਨ ਨਹੀਂ ਬਾਂਦੇ ਦੀਰ, ਪਰ ਕਹਿੰਦਾ ਜਿਹੜਾ ਸਾਡਾ ਮਨ ਆ ਉਹ ਮੰਨਣ ਨੂੰ ਤਿਆਰ ਨਹੀਂ ਆ। ਤੀਜੀ ਗੱਲ ਕਹੀ ਆ ਮਹਾਰਿਸ਼ੀ ਵਿਆਸ ਜੀ ਨੇ, ਉਹ ਕਹਿੰਦੇ ਆ ਵੀ ਜਿਹਨਾਂ ਨੂੰ ਮਿਹਨਤ ਕਰਨ ਦੇ ਬਾਵਜੂਦ ਕੰਮ ਨਹੀਂ ਬਣਦੇ, ਮਿਹਨਤ ਬੰਦਾ ਕਰ ਰਿਹਾ ਪੂਰੀ 100% ਐਫਰਟ ਵੀ ਕਰ ਰਿਹਾ ਪਰ ਉਹਦਾ ਕੰਮ ਨਹੀਂ ਬਣ ਰਿਹਾ, ਉਹ ਕਹਿੰਦੇ ਨੇ ਕਿਸਮਤ ਦਾ ਮਾਰਿਆ ਹੋਇਆ। ਉਹ ਕਿਸਮਤ ਦਾ ਮਾਰਿਆ ਬੰਦਾ ਜਿਹਦੇ ਮਿਹਨਤ ਕਰਨ ਦੇ ਬਾਵਜੂਦ ਕੰਮ ਨਹੀਂ ਬਣਦਾ। ਆਪਾਂ ਦੇਖਦੇ ਨਾ ਕਈ ਬੰਦੇ ਨੇ ਬੀਟੈਕ ਕੀਤੀ, ਐਮਟੈਕ ਕੀਤੀ, ਨੌਕਰੀ ਨਹੀਂ ਮਿਲਦੀ, ਬਈ ਧੱਕੇ ਖਾਈ ਜਾ ਰਿਹਾ, ਉਹ ਕਿਸਮਤ ਦੀਆਂ ਗੱਲਾਂ ਨੇ। ਫਿਰ ਚੌਥੀ ਗੱਲ ਕਹੀ ਆ ਸਵਾਮੀ ਵਿਵੇਕਾਨੰਦ ਜੀ ਨੇ, ਉਹ ਕਹਿੰਦੇ ਆ ਜੋ ਮੈਂ ਵਰਤਮਾਨ ਜੀਵਨ ਜੀ ਰਿਹਾ ਹਾਂ ਉਹ ਮੇਰੇ ਪੂਰਵ ਜਨਮ ਕੇ ਸੰਚਿਤ ਕਰਮੋਂ ਕਾ ਪ੍ਰਤੀਫਲ ਹੈ, ਵੀ ਜਿਹੜੇ ਮੈਂ ਪਿਛਲੇ ਜਨਮ ਕੀਤੇ ਆ ਉਹਦਾ ਫਲ ਮੈਨੂੰ ਮਿਲ ਰਿਹਾ ਜਨਮ ਦੇ ਵਿੱਚ। ਇਹ ਵਿਵੇਕਾਨੰਦ ਜੀ ਕਹਿ ਰਹੇ ਆ, ਕਹਿੰਦਾ ਮਤਲਬ ਜੋ ਕੁਛ ਵੀ ਆ ਹਰ ਚੀਜ਼ ਪਿਛਲੇ ਜਨਮਾਂ ਦੇ ਬੇਸ 'ਤੇ ਆ, ਜੋ ਤੁਸੀਂ ਕੁਛ ਕੀਤਾ ਆ ਪਿਛਲੇ ਜਨਮਾਂ 'ਚ, ਤੁਸੀਂ ਕੀ ਚੰਗੇ ਕੀਤੇ ਆ, ਮਾੜੇ ਕੰਮ ਕੀਤੇ ਆ, ਉਹ ਤੁਹਾਡੇ ਫਿੰਗਰਪ੍ਰਿੰਟ 'ਚ ਦਰਜ ਹੋ ਜਾਂਦੇ ਆ, ਤੁਹਾਡੇ ਚਿਹਰੇ 'ਤੇ ਦਰਜ ਹੋ ਜਾਂਦੇ ਆ, ਉਹ ਤੁਹਾਡੀ ਆਵਾਜ਼ 'ਚ ਦਰਜ ਹੋ ਜਾਂਦੇ ਆ। ਔਰ ਇਹ ਮੈਨੂੰ 3 ਚੀਜ਼ਾਂ ਰੱਬ ਨੇ ਗਿਫਟ ਕੀਤੀਆਂ ਆ, ਮੈਂ ਕਿਸੇ ਦਾ ਵੀ ਚਿਹਰਾ ਪੜ੍ਹ ਕੇ ਦੱਸ ਦਿੰਦਾ। ਤੁਸੀਂ ਕਹਿੰਦੇ ਹੋ
ਕਿ ਜਿਹੜਾ ਬੰਦਾ ਪਿਛਲੇ ਜਨਮ 'ਚ ਜਿਹੜੇ ਕਰਮ ਕਰਕੇ ਆਉਂਦਾ ਉਹਨੂੰ ਇਸ ਜਨਮ 'ਚ ਮਿਲਦਾ। ਲੇਕਿਨ ਕਹਿੰਦੇ ਤਾਂ ਇਹ ਵੀ ਹੈਗੇ ਆ ਵੀ ਸਵਰਗ ਨਰਕ ਸਾਰਾ ਇੱਥੇ ਹੀ ਆ, ਕਰਮਾਂ 'ਤੇ ਆ, ਜਿਹੜਾ ਜਿੱਦਾਂ ਕਰੋਗੇ ਤੁਹਾਨੂੰ ਸਭ ਕੁਛ ਇੱਥੇ ਹੀ ਫਲ ਮਿਲਣਾ। ਅਤੇ ਤੁਸੀਂ ਉੱਧਰੋਂ ਕਹਿ ਰਹੇ ਹੋ ਕਿ ਪਿਛਲੇ ਜਨਮ ਨੂੰ ਲੈ ਕੇ ਵੀ ਜਿਹੜਾ ਬੰਦਾ ਪਿਛਲੇ ਜਨਮ 'ਚ ਜਿੰਨੇ ਮਾੜਾ ਕੀਤਾ ਹੋਏਗਾ ਉਹਨੂੰ ਇਸ ਕਰਮ 'ਚ ਵੀ ਮਿਲੇਗਾ, ਅਤੇ ਮਤਲਬ ਇਹ ਕੀ ਚੀਜ਼ ਹੋਈ? ਦੇਖੋ ਹਰ ਚੀਜ਼ ਪਾਸਟ ਬੇਸਡ ਆ, ਤੁਹਾਨੂੰ ਮੈਂ ਕੁਝ ਐਗਜ਼ਾਮਪਲਾਂ ਦੇ ਕੇ ਸਮਝਾਉਣਾ। ਤੁਸੀਂ ਪੜ੍ਹਾਈ ਕੀਤੀ ਜੀ, ਕਿੰਨਾ ਪੜ੍ਹੇ ਪੁੱਤਰ? ਮੈਂ ਡਿਗਰੀ ਕੀਤੀ ਹੋਈ ਹੈ। ਡਿਗਰੀ ਕੀਤੀ ਨਾ, ਤੁਸੀਂ ਪੂਰਾ ਸਾਲ ਪੜ੍ਹਦੇ ਹੋ ਜੀ, ਉਹ ਤੁਹਾਡਾ ਪਾਸਟ ਹੋ ਗਿਆ ਜੀ। ਤੁਸੀਂ ਜਦੋਂ ਐਗਜ਼ਾਮ ਦਿੱਤਾ ਸੀ ਉਹ ਤੁਹਾਡਾ ਪ੍ਰੈਜ਼ੈਂਟ ਸੀ ਜੀ, ਬਿਲਕੁਲ। ਰਿਜ਼ਲਟ ਕਦੋਂ ਨਿਕਲਿਆ? ਉਹ ਤਾਂ ਕੁਝ ਦਿਨਾਂ ਬਾਅਦ ਆਉਂਦਾ, ਉਹ ਫਿਊਚਰ ਹੋਇਆ ਨਾ, ਕੁਝ ਦਿਨਾਂ ਬਾਅਦ, ਮਹੀਨੇ ਬਾਅਦ ਆਇਆ, ਹੈ ਤਾਂ ਫਿਊਚਰ ਹੀ ਨਾ ਪੁੱਤਰ। ਬਿਲਕੁਲ ਬਿਲਕੁਲ, ਇਹ ਤੁਹਾਡਾ ਸਾਰਾ ਕੀ ਆ, ਪਾਸਟ ਉੱਤੇ ਆ, ਹਰ ਚੀਜ਼ ਪਾਸਟ ਹੈ। ਤੁਸੀਂ ਬੈਂਕ ਤੋਂ ਲੋਨ ਲੈਣਾ ਜੀ ਆਪਣੀ ਕੰਪਨੀ ਲਈ, ਬੈਂਕ ਕੀ ਕਰੇਗਾ? ਤੁਹਾਡੀ ਕੰਪਨੀ ਪਰਫੋਰਮੈਂਸ ਦੇਖੇਗਾ, ਤੁਹਾਡੀ ਟਰਨਓਵਰ ਕਿੰਨੀ ਆ, ਤੁਹਾਡਾ ਪ੍ਰੋਫਿਟ ਕਿੰਨਾ ਆ, ਤੁਸੀਂ ਪਿਛਲੇ 5-10 ਸਾਲਾਂ 'ਚ ਕੀ ਤੁਹਾਡੀ ਪਰਫੋਰਮੈਂਸ ਆ ਤੁਹਾਡੀ ਕੰਪਨੀ ਦੀ, ਉਹਦੇ ਬੇਸ 'ਤੇ ਤੁਹਾਨੂੰ ਬੈਂਕ ਲੋਨ ਦਿੰਦਾ ਆ, ਠੀਕ ਆ। ਇਸੇ ਤਰ੍ਹਾਂ ਤੁਸੀਂ ਮੰਨ ਲਓ ਕਿਤੇ ਨੌਕਰੀ ਕਰਦੇ ਹੋ ਚੰਗੀ ਕੰਪਨੀ 'ਚ, ਤੁਹਾਨੂੰ ਪ੍ਰਮੋਸ਼ਨ ਚਾਹੀਦੀ ਆ, ਪ੍ਰਮੋਸ਼ਨ ਕਿੱਦਾਂ ਮਿਲੇਗੀ? ਬੈਕਅਪ ਦੇਖ ਕੇ, ਤੁਹਾਡਾ ਪਿਛਲੇ ਪਰਫੋਰਮੈਂਸ ਦੇਖ ਕੇ, ਵੀ ਇਸ ਬੰਦੇ ਨੇ ਪਿਛਲੇ ਜਿਹੜੇ ਸਾਲਾਂ ਤੋਂ ਨੌਕਰੀ ਕਰ ਰਿਹਾ, ਇਹਦੀ ਪਰਫੋਰਮੈਂਸ ਕਿੱਦਾਂ ਦੀ ਹੈ। ਅਗਰ ਵਧੀਆ ਪਰਫੋਰਮੈਂਸ ਹੋਏਗੀ ਤੁਹਾਨੂੰ ਕੰਪਨੀ ਪ੍ਰਮੋਸ਼ਨ ਦੇ ਕੇ ਵੱਡਾ ਅਫਸਰ ਬਣਾ ਦੇਗੀ। ਸਾਰਾ ਹੈ ਹੀ ਪਾਸ ਦਾ। ਕੋਈ ਵੀ ਬੰਦਾ ਪੁੱਤਰ ਅੱਜ ਦੀ ਡੇਟ ਦੇ ਕੋਈ ਵੀ ਬੰਦਾ ਤਾਜ਼ਾ ਨਹੀਂ ਖਾ ਰਿਹਾ, ਹਰ ਚੀਜ਼ ਅਸੀਂ ਬਈ ਲੈ ਰਹੇ ਹਾਂ। ਕਿਸਾਨ ਵੀ ਬੀਜ ਬੀਜਦਾ ਹੈ ਨਾ, ਬਿਲਕੁਲ, ਬੀਜ ਬੀਜਿਆ, ਪਾਸ ਵਿੱਚ ਫਸਲ ਉੱਗੀ, ਬਾਅਦ 'ਚੋਂ ਮੰਡੀ ਲੈ ਕੇ ਆਇਆ, ਤਾਂ ਮੰਡੀ ਰਾਤੀ ਆਈ ਆ, ਸਾਨੂੰ ਸਵੇਰੇ ਮਿਲੀ ਆ, ਅਤੇ ਪੁੱਤ ਜੋ ਵੀ ਚੀਜ਼ ਹੈ ਸਾਰੀ ਚੀਜ਼ ਪਾਸਟ ਆ। ਮੇਰਾ ਮਤਲਬ ਕਹਿੰਦਾ ਵੀ ਹਰ ਚੀਜ਼ ਤੁਹਾਡੀ ਡੈਸਟੀਨੀ ਜਿਹੜੀ ਆ ਉਹ ਪ੍ਰੀ ਡਿਸਾਈਡਡ ਆ, ਉਹਨੂੰ ਕੋਈ ਬਦਲ ਨਹੀਂ ਸਕਦਾ। ਇਸੇ ਨੂੰ ਲੈ ਕੇ ਮੈਂ ਸਵਾਲ ਪੁੱਛਣਾ ਚਾਹੂੰਗੀ ਤੁਹਾਡੇ ਤੋਂ, ਜਿਵੇਂ ਕਈ ਲੋਕ ਨੇ, ਮੈਂ ਹੀ ਇਨਫੈਕਟ ਮੈਂ ਹੀ ਹਾਂ, ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਵਿੱਚੋਂ। ਪੰਡਿਤ ਕੋਲ ਗਈ, ਉਹਨਾਂ ਨੇ ਮੇਰਾ ਡੇਟ ਆਫ ਬਰਥ ਪੁੱਛਿਆ, ਟਾਈਮ ਪੁੱਛਿਆ, ਮੈਂ ਦੱਸਿਆ, ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡੇ 'ਤੇ ਰਾਹੂ ਭਾਰੀ ਹੈ, ਤੁਹਾਡੇ 'ਤੇ ਕੇਤੂ ਭਾਰੀ ਹੈ, ਤੁਸੀਂ ਇਹ ਉਪਾਅ ਕਰੋ, ਤੁਹਾਡਾ ਹੱਲ ਹੋ ਜਾਏਗਾ, ਤੁਹਾਡੀ ਬਲਾ ਟਲ ਜਾਏਗੀ। ਕੀ ਗੱਲ ਇਹ ਸੱਚ ਹੈ ਕਿ ਵਿਧੀ ਦਾ ਵਿਧਾਨ ਬਦਲਿਆ ਜਾ ਸਕਦਾ? ਦੇਖੋ ਗੱਲ ਇਹ ਆ ਵੀ ਪੁੱਤਰ, ਵੀ ਦੇਖੋ ਹਰ ਜੋਸ਼ੀ ਕਿਸੇ ਕੋਲ, ਜੋਸ਼ੀ ਕੋਲ ਲੋਕ ਜਾਂਦੇ ਨੇ, ਉਹ ਕਹਿੰਦਾ ਵੀ ਤੇਰਾ ਡੇਟ ਆਫ ਬਰਥ ਕੀ ਆ, ਤੇਰਾ ਟਾਈਮ ਕੀ ਆ, ਪਲੇਸ ਆਫ ਬਰਥ, ਇਹੀ ਹੈ ਨਾ ਜੀ ਜੀ ਜੀ। ਉਹ ਫਿਰ ਕਹਿੰਦਾ ਤੇਰਾ ਰਾਹੂ ਖਰਾਬ ਆ, ਤੇਰਾ ਸ਼ਨੀ ਖਰਾਬ, ਤੇਰਾ ਮੰਗਲ ਖਰਾਬ। ਉਹ ਜਿਹੜੀ ਭਾਸ਼ਾ 'ਚ ਗੱਲ ਕਰਦਾ ਜਾਂ ਤੁਹਾਡੇ ਨਾਲ ਗੱਲ ਕੀਤੀ, ਤੁਹਾਨੂੰ ਸਮਝ ਲੱਗੀ ਉਹਦੀ ਗੱਲ ਕੋਈ? ਨਹੀਂ, ਮੈਨੂੰ ਸੀਰੀਅਸਲੀ ਕਨਫਿਊਜ਼ ਕਰਤਾ, ਕਨਫਿਊਜ਼ ਹੋ ਗਏ ਨਾ ਜੀ। ਅੱਛਾ, ਆਪਾਂ ਆਫ ਦੀ ਰਿਕਾਰਡ ਤੁਹਾਨੂੰ ਮੈਂ ਕੈਮਰੇ, ਆਪਾਂ ਬਾਹਰ ਗੱਲਾਂ ਕੀਤੀਆਂ ਤੁਹਾਡੇ ਬਾਰੇ, ਮੈਂ ਤੁਹਾਨੂੰ ਮੈਂ ਦੱਸਿਆ ਵੀ ਤੁਸੀਂ ਛੋਟੀ ਉਮਰ ਤੋਂ ਕੰਮ ਕਰਨ ਲੱਗ ਪਏ। ਬਿਲਕੁਲ, ਤੁਹਾਨੂੰ ਮੈਂ ਕਦੀ ਮਿਲਿਆ ਇਸ ਤੋਂ ਪਹਿਲੇ ਕਦੀ? ਨਹੀਂ। ਕਿੰਨੀ ਉਮਰ ਤੋਂ ਤੁਸੀਂ ਕੰਮ ਕਰ ਰਹੇ ਸੀ? 16 ਸਾਲ ਦੀ ਉਮਰ ਤੋਂ। ਫਿਰ ਤੁਹਾਨੂੰ ਇਹ ਵੀ ਗੱਲ ਕਿ ਤੁਸੀਂ ਜੋ ਕੁਝ ਪ੍ਰਾਪਤ ਕੀਤਾ ਆਪਣੇ ਦਮ ਤੇ ਕੀਤਾ। ਬਿਲਕੁਲ, ਠੀਕ ਹੈ ਨਾ। ਫਿਰ ਤੁਹਾਨੂੰ ਇਹ ਗੱਲ ਕਿ ਵੀ ਤੁਹਾਨੂੰ ਕੋਈ ਛੇਤੀ ਸਹੇਲੀ ਪਸੰਦ ਨਹੀਂ ਆਉਂਦੀ, ਤੁਹਾਡੀ ਫੂਡ ਚੋਇਸ ਅਲੱਗ ਆ, ਤੁਹਾਡੀ ਕਲੋਥ ਚੋਇਸ ਅਲੱਗ ਆ, ਤੁਹਾਨੂੰ ਕਿਸੇ ਛੇਤੀ ਤੋਂ ਕਿਸੇ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਜਦ ਤੱਕ ਤੁਸੀਂ ਉਹਨੂੰ ਆਪਣੇ ਲੈਵਲ ਤੇ ਪਰਖ ਨਹੀਂ ਲੈਂਦੇ। ਬਿਲਕੁਲ ਸਹੀ ਸੀ ਨਾ ਮੇਰੀ ਗੱਲ? ਬਿਲਕੁਲ ਬਿਲਕੁਲ। ਫਿਰ ਤੁਹਾਨੂੰ ਤੁਹਾਡੀ ਇੱਕ ਪਰਸਨਲ ਗੱਲ ਤੁਹਾਨੂੰ ਦੱਸੀ ਮੈਂ, ਉਹ ਵੀ ਠੀਕ ਸੀ ਮੇਰੀ ਜੀ, ਕਹਿਣ ਦਾ ਭਾਵ ਆ ਵੀ ਉਹ ਤੁਹਾਨੂੰ ਗੱਲ ਸਮਝ ਲੱਗੀ ਨਾ ਮੇਰੀ? ਬਿਲਕੁਲ। ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ, ਜਦੋਂ ਮੈਂ ਕਿਸੇ ਆਪਣੇ ਕਲਾਇੰਟ ਨਾਲ ਗੱਲ ਕਰਦਾ ਹਾਂ ਤਾਂ ਉਹਨੂੰ ਮੇਰੀ ਗੱਲ ਸਮਝ ਆਉਂਦੀ ਹੈ। ਮੇਰਾ ਕੰਮ ਆ ਲੋਕਾਂ ਨੂੰ ਸੱਚਾਈ ਦਿਖਾਉਣੀ। ਤੁਸੀਂ ਸ਼ੀਸ਼ੇ 'ਚ ਆਪਣਾ ਚਿਹਰਾ ਦੇਖਦੇ ਆ, ਜੋ ਹੈਗਾ ਉਹੀ ਨਜ਼ਰ ਆਊਗਾ ਨਾ? ਬਿਲਕੁਲ। ਬਦਲ ਜਾਊਗਾ? ਤੇ ਮੈਂ ਜੋ ਤੁਹਾਨੂੰ ਰੱਬ ਨੇ ਦਿੱਤਾ ਮੈਂ ਉਹੀ ਦੱਸਣਾ, ਉਹਨੂੰ ਬਦਲ ਨਹੀਂ ਮੈਂ ਸਕਦਾ। ਜਿਹੜਾ ਬਦਲਣ ਦਾ ਦਾਵਾ ਕਰਦੇ ਆ ਉਹੀ ਤਾਂ ਲੋਕਾਂ ਨੂੰ ਬੇਕੂ ਬਣਾਉਂਦੇ ਆ। ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਉਹ ਪਾਏ ਨਾਂ ਦੀ ਪੂਰੀ ਦੁਨੀਆ 'ਚ ਕੋਈ ਚਿੜੀਆ ਹੀ ਨਹੀਂ ਹੈਗੀ।
ਸਿੱਧੀ ਭਵਿੱਖਬਾਣੀ ਕਰਦਾ ਔਰ ਮੈਂ ਲੋਕਾਂ ਨੂੰ ਗੱਲ ਕਹਿੰਦਾ ਵੀ ਮੇਰੀ ਭਵਿੱਖਬਾਣੀ ਗਲਤ ਨਿਕਲੇ ਪੈਸੇ ਵਾਪਸ ਲੈ ਜਾਇਓ। ਤੁਹਾਨੂੰ ਆਪਣਾ ਕਾਰਡ ਦਿਖਾਇਆ, ਬਿਲਕੁਲ ਠੀਕ ਆ, ਤੁਸੀਂ ਮੇਰਾ ਕਾਰਡ ਲੋਕਾਂ ਨੂੰ ਪੜ੍ਹ ਕੇ ਸੁਣਾਓ। ਲਿਖਿਆ ਹੈ ਸੋਲਵ ਯੋਰ ਪ੍ਰੋਬਲਮ ਵਿਦਆਊਟ ਐਨੀ ਟ੍ਰੈਡੀਸ਼ਨਲ ਰੈਮਡੀਸ ਵਿਦ ਮਨੀ ਬੈਕ ਗਾਰੰਟੀ। ਵੀ ਕੋਈ ਰੈਮਡੀ ਨਹੀਂ ਕਰਨੀ, ਟ੍ਰੈਡੀਸ਼ਨਲ ਰੈਮਡੀ ਕਿਹੜੀ ਹੁੰਦੀ ਆ? ਨੱਗ ਪਾਲੋ, ਹਾਂਜੀ, ਯੰਤਰ, ਪੂਜਾ ਪਾਠ, ਲਾਲ ਕਿਤਾਬ, ਕਾਲੀ ਕਿਤਾਬ, ਪੀਲੀ ਕਿਤਾਬ ਦੇ ਪਾਏ ਕਰ ਲਓ। ਮੈਂ ਪੁੱਤਰ ਪਾਏ ਨਹੀਂ ਦੱਸਦਾ, ਮੈਂ ਸਿੱਧੀ ਭਵਿੱਖਬਾਣੀ ਕਰਦਾ। ਮੈਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪ੍ਰੈਡਿਕਸ਼ਨਾਂ ਕਰ ਚੁੱਕਾ ਪੁੱਤਰ। ਤੇ ਇਸ ਤੋਂ ਬਾਅਦ ਮੈਂ ਨਾ ਇੱਕ ਤੁਹਾਡੇ ਤੋਂ ਸਵਾਲ ਪੁੱਛੂੰਗੀ। ਸ਼੍ਰੀ ਬਾਗੇਸ਼ਵਰ ਧਾਮ ਸਰਕਾਰ ਤੇ ਨਰਿੰਦਰ ਸ਼ਾਸਤਰੀ ਜੀ ਬਹੁਤ ਚਰਚਾ ਦੇ ਵਿੱਚ ਨੇ, ਅਕਸਰ ਲੋਕ ਉਹਨਾਂ ਦੇ ਦਰਬਾਰ 'ਚ ਜਾਂਦੇ ਨੇ, ਉਹਨਾਂ ਦੇ ਪਰਚੇ ਕੱਟ ਕੇ ਦਿੰਦੇ ਨੇ, ਕਿਸੇ ਵੀ ਆਡੀਅੰਸ ਤੋਂ ਉਠਾ ਲੈਂਦੇ ਆ, ਫਿਰ ਉਹਨਾਂ ਬਾਰੇ ਦੱਸ ਦਿੰਦੇ ਆ, ਤੇ ਮੈਂ ਚਾਹੁੰਦੀ ਹਾਂ ਤੁਸੀਂ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਦੱਸੋ ਇਸ ਚੀਜ਼ ਦੇ ਬਾਰੇ ਵੀ। ਦੇਖੋ ਗੱਲ ਆ, ਸ਼ਾਸਤਰੀ ਜੀ ਪਰਚਾ ਕੱਟਦੇ ਆ ਤੇ ਉਹ ਦੱਸਦੇ ਲੋਕਾਂ ਦਾ ਪਾਸਟ ਜੀ, ਮੈਂ ਦੱਸਦਾ ਲੋਕਾਂ ਦਾ ਫਿਊਚਰ। ਲੇਕਿਨ ਉਹ ਜਦੋਂ ਪਰਚਾ ਕੱਢਦੇ ਨਾ, ਉਹ ਇਹ ਵੀ ਚੀਜ਼ ਕਹਿੰਦੇ ਆ ਵੀ ਇੰਨੀ ਤਰੀਕ ਨੂੰ ਤੇਰਾ ਇਹ ਕੰਮ ਹੋਣਾ, ਜਿਵੇਂ ਮੈਂ ਉਹਨਾਂ ਦੇ ਦਰਬਾਰ ਅਟੈਂਡ ਕੀਤਾ, ਉਹ ਕਹਿੰਦੇ ਤੁਹਾਡਾ ਕੰਮ ਹੋਇਆ, ਮੇਰਾ ਤੁਸੀਂ ਆਪਣੀ ਗੱਲ ਕਰੋ, ਛੱਡੋ ਤੁਸੀਂ ਦਾਮ ਤੇ ਧਾਮ ਤੇ ਜਾ ਕੇ ਤੁਹਾਡਾ ਕੰਮ ਹੋਇਆ, ਤੁਸੀਂ ਦੱਸੋ ਪਹਿਲੇ ਮੈਨੂੰ, ਨਹੀਂ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਉਹਨਾਂ ਬਾਰੇ? ਬਿਲਕੁਲ, ਦੇਖੋ ਮੈਂ ਤੈਨੂੰ ਸਿੱਧੀ ਗੱਲ ਕਹਾਂ ਪੁੱਤਰ, ਮੈਂ ਕੋਈ ਪਰਚਾ ਪੁਰਚਾ ਨਹੀਂ ਕੱਢਦਾ, ਮੈਂ ਤਾਂ ਪ੍ਰੈਡਿਕਸ਼ਨ ਕਰਦਾ ਵੀ ਤੇ ਨਾ ਕੱਢਣਾ ਕੱਢਣੀ ਆ, ਤੇ ਜੇ ਨਹੀਂ ਕੱਢੂਗੀ ਤਾਂ ਮੈਂ ਤਾਂ ਪੈਸੇ ਵਾਪਸ ਲੈ ਜੀ, ਇਹ ਤਾਂ ਵੱਡੀ ਗੱਲ ਕਿਹੜੀ ਆ? ਠੀਕ ਆ, ਜੇ ਕੋਈ ਤੁਹਾਡਾ ਕੰਮ ਬਣਨਾ, ਜੇ ਮੰਨ ਲਓ ਤੁਹਾਡੀ ਕੋਈ ਚੀਜ਼ ਕਿਸਮਤ 'ਚ ਹੈਗੀ ਆ ਤੇ ਉਸ ਕੰਮ ਨੂੰ ਬਣਾਉਣ ਦੇ ਲਈ ਪੂਰੀ ਕਾਇਨਾਤ ਪੁੱਤ ਕੰਮ 'ਤੇ ਲੱਗ ਜਾਂਦੀ ਆ। ਤੁਹਾਨੂੰ ਮੈਂ ਕੁਝ ਐਗਜ਼ਾਮਪਲਾਂ ਦੇ ਕੇ ਸਮਝਾਉਂਦਾ ਵੀ ਤੁਹਾਡੀ ਕੋਈ ਚੀਜ਼ਾਂ ਪਾਕਾਂ 'ਚ ਹੈਗੀ ਆ ਤਾਂ ਕਿੱਦਾਂ ਮਿਲਦੀ ਆ, ਠੀਕ ਨਹੀਂ ਜੀ? ਹੁਣ ਦੇਖੋ ਮੈਂ ਤਾਂ ਦਾਦਾ ਜਿਹੜੀ ਮੈਂ ਪ੍ਰੈਡਿਕਸ਼ਨ ਕੀਤੀ ਆ ਕਿ ਸੁਖਵੀਰ ਬਾਦਲ ਦੇ ਬਾਰੇ ਮੈਂ 2005 'ਚ ਗਿਆ ਸੀ। ਉਹੀ ਚੀਜ਼ ਮੈਂ ਤੁਹਾਨੂੰ ਪੁੱਛਣ ਹੀ ਲੱਗੀ ਸੀ ਵੀ ਅਸੀਂ ਕਿੱਦਾਂ ਮੰਨੀਏ ਵੀ ਤੁਸੀਂ ਜੋ ਦੱਸ ਦਿਓ ਭਵਿੱਖਬਾਣੀ ਸੱਚ ਹੁੰਦੀ। ਮੈਂ ਚਾਹੁੰਦੀ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਵੀ ਐਸੀ ਭਵਿੱਖਬਾਣੀ ਕੋਈ ਵੱਡੀ। ਆ ਦੇਖੋ ਅੱਜ ਦੀ ਅੱਜ ਅਖਬਾਰ ਆ, ਭਾਈ ਜਸਵੀਰ ਸਿੰਘ ਰੋਡੀ ਦੀ ਅਖਬਾਰ ਆ, ਉਹ ਕੀ ਲਿਖ ਰਿਹਾ? ਜਲੰਧਰ ਦਾ ਅਸ਼ਵਨੀ ਕੁਮਾਰ ਚਿਹਰਾ ਦੇਖ ਕੇ ਦੱਸ ਦਿੰਦਾ ਜਨਮਾਂ ਦਾ ਲੇਖਾ। ਬਿਲਕੁਲ, ਇਹ ਉਹ ਅਖਬਾਰ ਆ ਜਿਹੜੀ ਜੋਤਿਸ਼ ਨੂੰ ਨਹੀਂ ਛਾਪਦੀ, ਜਿਹੜੇ ਨਾਂ ਰਾਸ਼ੀਫਲ ਛਾਪਦੇ ਆ, ਤੇ ਮੈਂ ਪਹਿਲਾ ਤੇ ਆਖਰੀ ਬੰਦਾ ਜਿਹਦੀ ਇੰਟਰਵਿਊ ਛਾਪੀ ਆ ਅਖਬਾਰ ਦੇ ਵਿੱਚ। 2005 'ਚ ਮੈਂ ਭਵਿੱਖਬਾਣੀ ਕੀਤੀ ਸੀ ਸੁਖਵੀਰ ਬਾਦਲ ਬਾਰੇ ਵੀ ਉਹ ਆਪਣੇ ਜਿੰਦੇ ਜੀ ਪਿਓ ਦੇ ਮੁੱਖ ਮੰਤਰੀ ਨਹੀਂ ਬਣ ਸਕਦਾ, ਉਹ ਬਣ ਸਕਿਆ 19 ਸਾਲ ਪਹਿਲੇ ਭਵਿੱਖਬਾਣੀ ਕੀਤੀ। ਹੁਣ ਤਾਂ ਬਾਦਲ ਸਾਹਿਬ ਹੈ ਨਹੀਂ ਵੱਡੇ, ਹੁਣ ਤਾਂ ਕੋਈ ਚਾਂਸ ਹੀ ਹੈ ਨਹੀਂ ਉਹਦਾ ਬਣਨ ਦਾ, ਮਤਲਬ ਵੀ ਕੋਈ ਨਹੀਂ ਬਣ ਜਾ ਮੁੱਖ ਮੰਤਰੀ, ਪੱਤਾ ਖਤਮ ਹੈ, ਕਹਾਣੀ ਖਤਮ ਹੈ ਉਹਦੀ, ਇਹ ਭਵਿੱਖਬਾਣੀ ਹੁੰਦੀ ਪੁੱਤਰ। ਮੇਰੇ ਦੋਸਤ ਕਹਿੰਦੇ ਸੀ ਵੀ ਇਹ ਲੰਬਾ ਜਿਹਾ ਮੁੰਡਾ, ਪਤਲਾ ਜਿਹਾ ਮੁੰਡਾ, ਇਹਨੇ ਨਹੀਂ ਚੱਲਣਾ। ਮੈਂ ਆਪਣੇ ਯਾਰਾਂ ਨੂੰ ਕਿਹਾ ਸੀ ਇਹ ਲੰਬੀ ਰੇਸ ਦਾ ਘੋੜਾ, ਉਹ ਅੱਜ ਤੱਕ ਚੱਲ ਰਿਹਾ ਨਾ ਸੰਜੇ ਦੱਤ। ਇੱਕ ਫਿਲਮ ਆਈ ਸੀ ਕੁਮਾਰ ਗੌਰਵ ਦੀ ਲਵ ਸਟੋਰੀ, ਸੁਪਰ ਡੁਪਰ ਬਲੋਕਬਾਸਟਰ ਮਿਊਜ਼ੀਕਲ ਫਿਲਮ ਸੀ ਗੋਲਡਨ ਜੁਬਲੀ, ਮੈਂ ਉਹਦੇ ਬਾਰੇ ਕਿਹਾ ਸੀ ਵੀ ਪਹਿਲੀ ਅਤੇ ਆਖਰੀ ਹਿੱਟ ਕੁਮਾਰ ਗੌਰਵ ਦੀ ਉਹਦੀ, ਉਸ ਤੋਂ ਬਾਅਦ ਜਿੰਨੀਆਂ ਫਿਲਮਾਂ ਆਈਆਂ ਸਾਰੀਆਂ ਪੁੱਤ ਫਲਾਪ ਗਈਆਂ, ਉਹ ਇੰਡਸਟਰੀ ਤੋਂ ਬਾਹਰ ਹੋ ਗਿਆ। ਤੂੰ ਕੁਮਾਰ ਗੌਰਵ ਦਾ ਨਾਮ ਸੁਣਿਆ? ਸੈਲੀਬ੍ਰਿਟੀਜ਼? ਹਾਂ,
ਨਹੀਂ ਸੁਣਿਆ ਨਾ, ਸੰਜੇ ਦੱਤ ਬਾਰੇ ਜਾਣਦੀ ਨਾ, ਉਹ ਅੱਜ ਤੱਕ ਚੱਲ ਰਿਹਾ, ਜਦਕਿ ਦੋਨਾਂ ਨੇ ਇਕੱਠੇ ਕੈਰੀਅਰ ਸ਼ੁਰੂ ਕੀਤਾ ਸੀ। ਤੇ ਸੰਜੇ ਦੱਤ ਟਾਟਾ ਚ ਗਿਆ, ਮੈਂ ਆਪਣੇ ਯਾਰਾਂ ਨੂੰ ਕਿਹਾ ਟਾਟਾ ਵਿੱਚੋਂ ਬਾਹਰ ਆਊਗਾ, ਟਾਟਾ ਨਹੀਂ ਲੱਗੂਗਾ। ਉੱਥੇ ਲੱਗਿਆ ਆਰਮ ਐਕਟ, ਉਹਨੂੰ ਸਜ਼ਾ ਮਿਲੀ 5 ਸਾਲ ਦੀ, ਠੀਕ ਆ। ਕੁਝ ਸਜ਼ਾ ਉਹ ਜੇਲ੍ਹ 'ਚ ਕੱਟ ਗਿਆ ਸੀ, ਜਿਹੜੀ ਬਾਕੀ ਬੱਚੀ ਉਹਨੂੰ ਸਜ਼ਾ ਕੱਟ ਰਹੀ ਸੀ। ਤੇ ਮੈਂ ਆਪਣੇ ਯਾਰਾਂ ਨੂੰ ਕਿਹਾ ਸੀ ਵੀ ਇਹ ਸਜ਼ਾ ਪੂਰੀ ਹੋਣ ਤੋਂ ਪਹਿਲੇ ਬਾਹਰ ਆ ਜਾਊਗਾ, ਉਹ ਪਹਿਲੇ ਬਾਹਰ ਆ ਗਿਆ, ਇਹ ਭਵਿੱਖਬਾਣੀ ਹੁੰਦੀ ਹੈ। ਪਰ ਸੰਜੇ ਦੱਤ ਨੂੰ ਪੁੱਤ ਅੱਜ ਤੱਕ ਕਦੀ ਮਿਲਿਆ ਨਹੀਂ ਹੈ, ਨਾਲੇ ਵੀ ਗੱਲ ਆ, ਠੀਕ ਆ। ਹੁਣ ਗੱਲ ਹੈ ਵੀ ਜੇ ਤੁਹਾਡਾ ਕੋਈ ਕੰਮ ਬਣਨਾ ਆ, ਪੂਰੀ ਕਾਇਨਾਤ ਕੰਮ ਤੇ ਲੱਗਦੀ ਆ, ਸਾਰੀ ਤੁਹਾਡੇ ਕਰਮਾਂ ਦੀ ਆ, ਕਰਮਾਂ ਦੀ ਖੇਡ ਆ ਸਾਰੀ। ਉਹ ਵੀ ਤੈਨੂੰ ਪੁੱਤ ਐਗਜ਼ਾਮਪਲ ਦੇ ਕੇ ਸਮਝਾਉਣਾ ਵੀ ਕਿੱਦਾਂ ਲੋਕਾਂ ਦੇ ਕੰਮ ਬਣਦੇ ਆ। ਇਹ ਹੈਗੀ ਆ, ਤੁਸੀਂ ਨਾਮ ਸੁਣਿਆ ਹੋਣਾ ਆਨੰਦ ਬਖਸ਼ੀ ਜੀ, ਉਹ ਫਿਲਮਾਂ ਦੇ ਵਿੱਚ ਗਾਣੇ ਲਿਖਦੇ ਆ, ਠੀਕ ਆ। ਉਹ ਜਦੋਂ ਪਹਿਲੀ ਵਾਰੀ ਬੰਬੇ ਆਏ ਤੇ ਉਹਨਾਂ ਨੇ ਸੰਘਰਸ਼ ਕੀਤਾ ਤੇ ਉਹ ਵਾਪਸ ਚਲੇ ਗਏ, ਉਹਨਾਂ ਦਾ ਸੈਟਿੰਗ ਨਹੀਂ ਹੋਈ, ਵਾਪਸ ਚਲੇ ਗਏ। ਦੂਜੀ ਵਾਰੀ ਫਿਰ ਉਹ ਆਪਣੇ ਫੌਜ ਦੀ ਨੌਕਰੀ ਛੱਡ ਕੇ ਫਿਰ ਬੰਬੇ ਆਏ ਸੰਘਰਸ਼ ਕਰਨ ਲਈ। ਫਿਰ ਉਹਨਾਂ ਦਾ ਮਨ ਮੰਨਿਆ ਵੀ ਇੱਥੇ ਗੱਲ ਨਹੀਂ ਬਣ ਰਹੀ, ਉਹਨਾਂ ਨੇ ਕਿਸੇ ਵੀ ਜਦੋਂ ਜਿੰਨੀ ਦੇਰ 3-4 ਮਹੀਨੇ ਸੰਘਰਸ਼ ਕੀਤਾ, ਉਹਨਾਂ ਦੇਖਿਆ ਵੀ ਕੰਮ ਨਹੀਂ ਬਣ ਰਿਹਾ ਤੇ ਉਹਨਾਂ ਨੇ ਮਨ ਬਣਾਇਆ ਵੀ ਅਸੀਂ ਵਾਪਸ ਚੱਲ ਜਾਣਾ। ਉਹਨਾਂ ਦਾ ਕੋਈ ਨਾ ਕੋਈ ਵਾਕਫ ਸੀ ਆਪਣੇ TT ਜਿਹੜਾ ਟ੍ਰੇਨ ਦਾ ਟਿਕਟ ਚੱਕਰ ਹੁੰਦਾ, ਉਹਦਾ ਨਾਂ ਸੀ ਚਿੱਤਰਮਲ ਸਰੂਪ। ਉਹਨਾਂ ਨੇ ਗੱਲ ਕੀਤੀ ਵੀ ਇੱਦਾਂ ਦਾ ਵੀ ਮੈਂ ਭਾਜੀ ਮੇਰੇ ਕੋਲ ਪੈਸੇ ਖਤਮ ਹੋ ਗਏ ਆ ਤੇ ਮੈਨੂੰ ਪੈਸੇ ਦੇ ਦਿਓ ਤੇ ਮੈਂ ਵਾਪਸ ਆਪਣੇ ਘਰ ਜਾਣਾ ਤੇ ਮੈਂ ਨਹੀਂ ਰਹਿਣਾ। ਉਹ ਕਹਿੰਦੇ ਯਾਰ ਤੂੰ ਕਿਉਂ ਘਬਰਾਉਣਾ, ਤੈਨੂੰ ਮੈਂ ਆਪਣੇ ਘਰ ਰੱਖੂੰਗਾ, ਤੂੰ ਮੇਰੇ ਕੋਲ ਆ। ਉਹਨਾਂ ਨੇ ਆਨੰਦ ਬਖਸ਼ੀ ਨੂੰ ਆਪਣੇ ਘਰ ਲੈ ਗਏ। 3 ਸਾਲ ਪੁੱਤ ਉਹਨਾਂ ਨੇ ਬੰਦੇ ਨੇ ਆਪਣੇ ਘਰ ਰੱਖਿਆ, ਆਨੰਦ ਬਖਸ਼ੀ ਜੀ ਨੂੰ ਰੋਟੀ ਪਾਣੀ ਖਿਲਾਇਆ, ਫ੍ਰੀ ਰੱਖਿਆ ਆਪਣੇ ਘਰ ਦੇ ਵਿੱਚ। ਤੇ ਉਹਨਾਂ ਨੇ ਸੰਘਰਸ਼ ਕੀਤਾ ਤੇ ਉਹ ਅਸਟੈਬਲਿਸ਼ ਹੋ ਗਏ। ਇਹਦਾ ਮਤਲਬ ਉਹਨਾਂ ਦੇ ਭਾਗਾਂ 'ਚ ਸੀ ਨਾ ਗੀਤਕਾਰ ਬਣਨਾ। ਤੇ ਪਹਿਲੀ ਵਾਰੀ ਗਏ ਵਾਪਸ ਗਏ, ਦੂਜੀ ਵਾਰੀ ਉਹਨਾਂ ਨੂੰ ਵਾਪਸ ਜਾਣ ਨਹੀਂ ਦਿੱਤਾ ਕੁਦਰਤ ਨੇ। ਉਹ ਬੰਦਾ ਰੱਬ ਰੂਪ ਬਣ ਕੇ ਆ ਗਿਆ, ਚਿੱਤਰਮਲ ਸਰੂਪ ਆਪਣੇ ਘਰ ਰੱਖਿਆ ਤੇ ਉਹ ਨਾਮੀ ਗ੍ਰਾਮੀ ਗੀਤਕਾਰ ਬਣ ਗਏ ਤੇ ਉਹਨਾਂ ਨੇ ਪੈਸੇ ਕਮਾਏ ਨਾ। ਜੇ ਉਹਨਾਂ ਦੇ ਭਾਗਾਂ 'ਚ ਪੈਸਾ ਸੀਗਾ, ਸ਼ੋਹਰਤ ਸੀਗੀ, ਤੇ ਉਹ ਬੰਦਾ ਜਿਹੜਾ ਰੱਬ ਰੂਪੀ ਬਣ ਗਿਆ ਉਹਨਾਂ ਕੋਲ ਆਇਆ ਤੇ ਉਹਦੀ ਮਦਦ ਕੀਤੀ, ਠੀਕ ਹੈ ਨਾ। ਇਸੇ ਤਰ੍ਹਾਂ ਪ੍ਰਿਥਵੀਰਾਜ ਕਪੂਰ ਦੀ ਗੱਲ ਦੱਸਦਾ ਤੁਹਾਨੂੰ। ਪ੍ਰਿਥਵੀਰਾਜ ਕਪੂਰ ਜਦੋਂ ਆਏ ਆਪਣੇ ਪਸ਼ਾਵਰ ਤੋਂ ਹੀਰੋ ਬਣਨ ਲਈ, ਤੇ ਉਹਨਾਂ ਕੋਲ 75 ਰੁਪਏ ਸੀਗੇ ਤੇ ਉਹ ਸਾਰੇ ਖਰਚ ਖੁਰਚ ਹੋ ਗਏ ਤੇ ਉਹ ਐਕਸਟਰਾ ਲਾਈਨ 'ਚ ਲੱਗੇ ਹੋਏ ਸੀ। ਐਕਸਟਰਾ ਦਾ ਮਤਲਬ ਹੁੰਦਾ ਵੀ ਜਿਹੜੇ ਦਿਹਾੜੀਦਾਰ ਹੁੰਦੇ ਆ ਫਿਲਮੀ ਦੁਨੀਆਂ ਦੇ ਵਿੱਚ, ਜਿਹੜੇ ਵੀ ਡੇਲੀ ਰੋਲ ਮਿਲ ਗਿਆ ਮਿਲ ਗਿਆ, ਨਹੀਂ ਤਾਂ ਨਹੀਂ ਮਿਲਿਆ ਤਾਂ ਘਰ ਚੱਲ ਜਾਓ। ਉਹ ਲੱਗੇ ਸੀ ਐਕਸਟਰਾ ਲਾਈਨ 'ਚ। ਉਸ ਸਮੇਂ ਦੀ ਜਿਹੜੀ ਪਾਪੂਲਰ ਹੀਰੋਇਨ ਸੀ ਐਮਲੀਨ, ਉਹ ਆਉਂਦੀ ਆ ਆਪਣੀ ਵੱਡੀ ਗੱਡੀ 'ਚ, ਉਹ ਦੇਖਦੀ ਆ ਇੱਕ ਸੋਹਣਾ ਜਿਹਾ ਹੱਟਾ ਕੱਟਾ ਮੁੰਡਾ ਵੀ ਉਹ ਐਕਸਟਰਾ ਲਾਈਨ 'ਚ ਲੱਗਾ ਹੋਇਆ, ਠੀਕ ਆ। ਉਹ ਜਾਂਦੀ ਆ ਅੰਦਰ, ਬਖਤੀਆ ਮਿਸ਼ਰਾ ਜਿਹੜਾ ਪ੍ਰੋਡਿਊਸਰ ਉਹਨੂੰ ਕਹਿੰਦੀ ਆ ਵੀ ਇੱਕ ਮੁੰਡਾ ਐਕਸਟਰਾ ਲਾਈਨ 'ਚ ਲੱਗਾ, ਉਹ ਹੀਰੋ ਮਟੀਰੀਅਲ ਆ, ਵੀ ਤੁਸੀਂ ਮੇਰੇ ਨਾਲ ਚੱਲੋ। ਉਹ ਉਹਨੂੰ ਫੜ ਕੇ ਲਿਆਉਂਦੀ ਆ ਅਤੇ ਪ੍ਰਿਥਵੀਰਾਜ ਕਪੂਰ ਜੀ ਨੂੰ ਉਦੋਂ ਬਾਹਰ ਕੱਢਦੇ ਆ ਐਕਸਟਰਾ ਲਾਈਨ 'ਚੋਂ, ਕੱਢ ਕੇ ਅੰਦਰ ਲਿਜਾਂਦੇ ਸਟੂਡੀਓ 'ਚ, ਉੱਥੇ ਉਹਨਾਂ ਦੀ ਸਕਰੀਨ ਟੈਸਟ ਲੈਂਦੇ, ਉਹ ਪਾਸ ਹੋ ਜਾਂਦੇ ਆ। ਜਦੋਂ ਪਾਸ ਹੋ ਜਾਂਦੇ ਆ ਤਾਂ ਉਹਨਾਂ ਨੂੰ ਜਿਹੜੀ ਕੁੜੀ ਨੇ ਐਮਲੀ ਨੇ ਸਿਲੈਕਟ ਕੀਤਾ ਸੀ, ਉਹਦੇ ਨਾਲ ਉਹਨਾਂ ਦੀ ਪਹਿਲੀ ਫਿਲਮ ਆਈ ਸਿਨੇਮਾ ਗਰਲ, ਠੀਕ ਆ। ਅਤੇ ਪ੍ਰਿਥਵੀਰਾਜ ਕਪੂਰ ਨੇ ਝੰਡੇ ਨਹੀਂ ਕੱਢੇ ਇੰਡਸਟਰੀ ਦੇ ਵਿੱਚ, ਅੱਜ ਪੂਰੀ ਕਪੂਰ ਫੈਮਿਲੀ ਦਾ ਫਿਲਮ ਇੰਡਸਟਰੀ ਦੇ ਵਿੱਚ ਝੰਡਾ ਝੰਡਾ ਗੱਡਿਆ ਹੋਇਆ ਆ, ਕਬਜ਼ਾ ਆ, ਕਬਜ਼ਾ ਆ, ਕਬਜ਼ਾ ਆ। ਕਿੰਨੇ ਕਪੂਰ ਫਿਲਮਾਂ 'ਚ ਕੰਮ ਕਰ ਗਏ, ਕਿਤੇ ਹੋਰ ਫੈਮਿਲੀ ਦਾ ਬੰਦਾ ਕੰਮ ਕਰ ਰਿਹਾ ਫਿਲਮਾਂ ਦੇ ਵਿੱਚ? ਅੱਜ ਤੱਕ ਚੱਲ ਰਹੇ ਆ। ਇਹਦਾ ਮਤਲਬ ਉਹਨਾਂ ਦੇ ਭਾਗਾਂ 'ਚ ਸੀਗਾ ਅਤੇ ਉਹ ਜਿਹੜੀ ਕੁੜੀ ਐਕਸਟਰਾ ਦੀ ਲਾਈਨ 'ਚ ਲੱਗੇ ਸੀ, ਉਹਨਾਂ ਨੂੰ ਖਿੱਚ ਕੇ ਲਿਆਂਦਾ ਬਾਹਰ ਅਤੇ ਉਹਨਾਂ ਨੇ ਹੀਰੋ ਬਣਾ ਦਿੱਤਾ। ਤਾਂ ਕਿੰਨੇ ਕਾਮਯਾਬ ਹੀਰੋ ਹੋਏ ਆ।
ਜੇ ਪੁੱਤ ਤੁਹਾਡੇ ਭਾਗਾਂ 'ਚ ਕੋਈ ਚੀਜ਼ ਹੈਗੀ ਆ ਨਾ ਤੇ ਪੂਰੀ ਕਾਇਨਾਤ ਕੰਮ ਤੇ ਲੱਗ ਜੂਗੀ ਤੇ ਤੁਹਾਡਾ ਰੱਬ ਨੇ ਵਿੱਧ ਬਣਾਉਣੀ ਹੈ, ਜਿਹਨੂੰ ਕਹਿੰਦੇ ਆ ਵਿੱਧ ਬਣਾਉਂਦਾ। ਠੀਕ ਆ, ਤੇ ਮੈਂ ਪੁੱਛਣਾ ਚਾਹੂੰਗੀ ਇੱਕ ਸਵਾਲ ਇਸੇ ਨੂੰ ਲੈ ਕੇ, ਸ਼੍ਰੀਮਦ ਭਗਵਤ ਗੀਤਾ ਦੀ ਜਿੰਨੀ ਪ੍ਰੈਡਿਕਸ਼ਨ ਉਸ ਨੂੰ ਲੈ ਕੇ ਕੀ ਕਹੋਗੇ? ਉੱਚ ਸਭ ਕੁਝ ਪਹਿਲੇ ਲਿਖਿਆ ਹੈ। ਗੱਲ ਆ ਵੀ ਤੁਹਾਡੀ ਗੱਲ 16 ਨੇ ਸਹੀ ਆ, ਭਗਵਾਨ ਸ਼੍ਰੀ ਕ੍ਰਿਸ਼ਨ ਤਾਂ ਕਹਿ ਗਏ ਆ ਵੀ ਕਰਮ ਕੀਏ ਜਾ, ਫਲ ਦੀ ਇੱਛਾ ਨਾ ਰੱਖ ਇਨਸਾਨ, ਜੈਸਾ ਕਰਮ ਕਰੇਗਾ ਵੈਸਾ ਫਲ ਦੇਗਾ ਭਗਵਾਨ। ਉਹ ਕਹਿੰਦੇ ਕਰਮ ਤੇ ਤੇਰਾ ਅਧਿਕਾਰ ਆ, ਫਲ ਤੇ ਤੇਰਾ ਅਧਿਕਾਰ ਨਹੀਂ ਆ। ਜਿੱਦਾਂ ਦਾ ਕਰਮ ਕਰਨਾ ਫਲ ਉੱਦਾਂ ਦਾ ਆਉਣਾ। ਠੀਕ ਹੈ, ਫਿਰ ਸ਼੍ਰੀ ਕ੍ਰਿਸ਼ਨ ਜੀ ਇਹ ਵੀ ਗੱਲ ਕਹਿੰਦੇ ਆ ਵੀ ਕੋਈ ਘੜੀ ਸ਼ੁੱਭ ਜਾਂ ਅਸ਼ੁੱਭ ਨਹੀਂ ਹੁੰਦੀ, ਤੁਹਾਡੇ ਕਰਮ ਹੀ ਆ ਜਿਹੜੇ ਸ਼ੁੱਭ ਜਾਂ ਅਸ਼ੁੱਭ ਹੁੰਦੇ ਆ। ਤੇ ਫਿਰ ਜਦੋਂ ਵਿਆਹ ਹੁੰਦਾ ਕੋਈ ਫੰਕਸ਼ਨ ਰੱਖਣਾ ਤਾਂ ਮੂਰਤ ਕਿਉਂ ਕਟਾ, ਮੂਰਤ ਵੀ ਕਢਾਉਂਦਾ ਵੀ ਟਾਈਮ ਦੇਖਦਾ ਵੀ ਕਦੇ ਸ਼ੁੱਭ ਅਸ਼ੁੱਭ ਨਾ ਹੋ ਜਾਏ, ਕੁਛ ਏਦਾਂ ਹੋ ਜਾਏ, ਬਹੁਤ ਵਹਿਮ ਨੇ, ਤੁਹਾਨੂੰ ਵੀ ਪਤਾ ਅੱਜ ਦੇ ਟਾਈਮ। ਪਰ ਮੈਨੂੰ ਰੱਬ ਨੇ ਗਿਆਨ ਦਿੱਤਾ ਆ ਲੋਕਾਂ ਨੂੰ ਵਹਿਮਾਂ 'ਚ ਕੱਢਣ ਲਈ। ਮੈਂ ਭਗਵਾਨ ਰਾਮ ਦੀ ਤੁਹਾਨੂੰ ਗੱਲ ਸੁਣਾਉਂਦਾ, ਭਗਵਾਨ ਰਾਮ ਜੀ ਜਦੋਂ ਦੇਖੋ ਭਗਵਾਨ ਰਾਮ ਜੀ ਦੇ ਸਾਹਮਣੇ ਕੁਰਸੀ ਪਈ ਸੀ ਜੀ ਰਾਜਾ ਬਣਨ ਲਈ ਜੀ, ਤੇ ਉਹਨਾਂ ਨੂੰ ਬਨਵਾਸ ਜਾਣਾ ਪੈ ਗਿਆ। ਇਹਦਾ ਮਤਲਬ ਉਹਨਾਂ ਦੇ ਭਾਗਾਂ 'ਚ ਰਾਜਾ ਬਣਨਾ ਨਹੀਂ ਸੀ ਲਿਖਿਆ ਉਸ ਵੇਲੇ ਜੀ, ਤੇ ਉਹਨਾਂ ਨੂੰ ਬਨਵਾਸ ਜਾਣਾ ਪਿਆ ਨਾ, ਸਾਹਮਣੇ ਕੁਰਸੀ ਪਈ ਸੀ, ਨਹੀਂ ਜਾ ਸਕੇ ਨਾ, ਸਾਰੀ ਕਰਮਾਂ ਦੀ ਖੇਡ ਆ। ਚਲੇ ਗਏ ਬਨਵਾਸ 'ਚ ਜੰਗਲਾਂ 'ਚ, ਜਦੋਂ ਉਹਨਾਂ ਦੇ ਗੁਰੂ ਉਹਨਾਂ ਨੂੰ ਮਿਲਣ ਆਏ ਰਿਸ਼ੀ, ਤੇ ਉਹ ਉਹਨਾਂ ਦੀ ਕੁਟੀਆ ਦੇ ਵਿੱਚ ਆਰਾਮ ਕਰ ਰਹੇ ਸੀ ਤੇ ਦੋਨੇ ਭਰਾ ਲਕਸ਼ਮਣ ਜੀ ਤੇ ਰਾਮ ਜੀ ਉਹਨਾਂ ਦੇ ਪੈਰ ਘੁੱਟ ਰਹੇ ਸੀ, ਤੇ ਉਹਨਾਂ ਨੇ ਉਹਨਾਂ ਨੂੰ ਰਿਸ਼ੀ ਜੀ ਨੇ ਰਾਮ ਤੇ ਲਕਸ਼ਮਣ ਜੀ ਨੂੰ ਕਿਹਾ ਵੀ ਰਾਮ ਤੇ ਲਕਸ਼ਮਣ ਵੀ ਜਸ਼ ਅਪਜਸ਼, ਜੰਮਣ ਮਰਨ ਤੇ ਲਾਭ ਹਾਨੀ ਇਹ ਵਿਧੀ ਹੱਥ ਜੀ, ਤੇ ਰਾਮ ਜੀ ਪੁੱਛਦੇ ਜੇ ਸਾਰਾ ਕੁਝ ਵਿਧੀ ਦੇ ਹੱਥ ਆ ਤੇ ਬੰਦੇ ਹੱਥ ਕੀ ਆ, ਜੇ ਸਾਰਾ ਕੁਝ ਵਿਧੀ ਹੱਥ ਬੰਦੇ ਹੱਥ ਕੀ ਆ? ਉਹ ਕਹਿੰਦੇ ਬੰਦੇ ਹੱਥ ਸਿਰਫ ਕਰਮ ਹੈ, ਉਹ ਕਰਮ ਕਰਕੇ ਆਪਣਾ ਕਿਸਮਤ ਬਣਾ ਸਕਦਾ, ਤੁਹਾਡੇ ਹੱਥ ਪੁੱਤ ਇਕੱਲਾ ਕਰਮ ਹੈ, ਤੁਸੀਂ ਕਰਮ ਦੇ ਨਾਲ ਆਪਣੀ ਕਿਸਮਤ ਬਦਲ ਸਕਦੇ ਹੋ। ਜੇ ਮੰਨ ਲਓ ਤੁਸੀਂ ਕੋਈ ਗਲਤ ਕੰਮ ਕਰ ਬੈਠੇ ਆ ਤੇ ਜੇ ਤੁਸੀਂ ਪਿਛਲੇ ਜਨਮਾਂ 'ਚ ਚੰਗੇ ਕਰਮ ਕੀਤੇ ਆ ਉਹਦੇ ਕਰਕੇ ਤੁਸੀਂ ਬਚ ਜਾਓਗੇ। ਮਤਲਬ ਵੀ ਕਈ ਵਾਰੀ ਏਦਾਂ ਹੁੰਦਾ ਕਈ ਇਨਸਾਨ ਮੌਤ ਦੇ ਮੂੰਹ ਵੀ ਬਾਹਰ ਨਿਕਲ ਆਉਂਦਾ ਤੇ ਲੋਕੀ ਅਕਸਰ ਇਹ ਕਹਿੰਦੇ ਨੇ ਵੀ ਤੇਰੇ ਕਰਮ ਚੰਗੇ ਸੀਗੇ ਤੂੰ ਬਚ ਗਿਆ। ਹਾਂ, ਤੁਹਾਨੂੰ ਕਰਮ ਦੀ ਗੱਲ ਤਾਂ ਇੱਕ ਬੇਦ ਦੀ ਘਟਨਾ ਸੁਣਾਉਣਾ। ਇੱਕ ਵਾਰੀ ਡਾਕੂ ਤੇ ਸਾਧੂ ਜੰਗਲ 'ਚ ਜਾ ਰਹੇ ਹੁੰਦੇ ਆ ਤੇ ਮੀਂਹ ਪੈਣ ਲੱਗ ਪੈਂਦਾ, ਤੇ ਉਹ ਮੀਂਹ ਪੈਣ ਲੱਗ ਪੈਂਦਾ ਕਿਤੇ ਦਰਖਤ ਥੱਲੇ ਰੁਕ ਜਾਂਦੇ ਆ, ਹਨਾ ਮੀਂਹ ਹਟਦਾ ਤੇ ਪੂਰਾ ਪਾਣੀ ਪਾਣੀ ਹੋ ਜਾਂਦਾ। ਉਹ ਦੋਨੇ ਜਦੋਂ ਤੁਰਦੇ ਆ ਤੇ ਇੱਕ ਗੱਡੇ 'ਚ ਗਿਰ ਜਾਂਦੇ ਆ ਦੋਨੇ ਜਾਣੇ, ਤੇ ਜਿਹੜਾ ਡਾਕੂ ਹੁੰਦਾ ਆ ਉਹਨੂੰ ਸੋਨੇ ਦੀ ਅਸ਼ਰਫੀ ਮਿਲ ਜਾਂਦੀ ਆ ਟੋਟਲੀ, ਜਿਹੜਾ ਹੁੰਦਾ ਆ ਸਾਧੂ ਉਹਦੇ ਪੈਰ 'ਚ ਕਿਲ ਚੁੱਭ ਜਾਂਦੀ ਆ। ਜਦੋਂ ਗੱਡੇ 'ਚ ਬਾਹਰ ਆਉਂਦੇ ਆ ਤਾਂ ਸਾਧੂ ਬੜਾ ਹੈਰਾਨ ਹੁੰਦਾ, ਉਹ ਕਹਿੰਦਾ ਯਾਰ ਮੈਂ ਸਾਧੂ ਮੇਰੇ ਕਿਲ ਚੁੱਭ ਗਈ ਤੇ ਇਹ ਡਾਕੂ ਵਾਲੇ ਨੂੰ ਸੋਨਾ ਮਿਲ ਗਿਆ, ਤੇ ਉਹ ਪ੍ਰਭੂ ਭਵਿੱਖਬਾਣੀ ਹੁੰਦੀ ਆ ਡਾਕੂ ਬਾਰੇ। ਉਹ ਕਹਿੰਦੇ ਵੀ ਡਾਕੂ ਪਿਛਲੇ ਜਨਮ ਦੇ ਵਿੱਚ ਇਹ ਸੀਗਾ ਬਹੁਤ ਵੱਡਾ ਰਾਜਾ, ਠੀਕ ਆ, ਇਹਨੇ ਪੁੰਨ ਬਹੁਤ ਕੀਤੇ ਸੀ, ਇਹਨੇ ਜਨਮ ਦੇ ਜਾ ਕੇ ਇਹਨੂੰ ਰਾਜ ਕਰਨਾ ਸੀ, ਇਹਨੇ ਚੰਗੇ ਪੈਸੇ ਕਮਾਉਣੇ ਸੀ, ਇਹਨੂੰ ਚੰਗਾ ਧਨ ਮਿਲਣਾ ਸੀ, ਇਹ ਮਾੜੇ ਕਰਮ ਕਰਨ ਲੱਗ ਪਿਆ, ਪਿਛਲੇ ਜਨਮ 'ਚ ਚੰਗੇ ਕਰਮ ਕੀਤੇ, ਠੀਕ ਆ, ਤੇ ਹੁਣ ਮਾੜੇ ਕਰਮ ਕਰਨ ਲੱਗ ਪਿਆ। ਜਿਹੜਾ ਇਹਦਾ ਧਨ ਇੰਨਾ ਮਿਲਣਾ ਸੀ ਉਹ ਇੰਨਾ ਰਹਿ ਗਿਆ, ਠੀਕ ਆ। ਫਿਰ ਸਾਧੂ ਬਾਰੇ ਭਵਿੱਖਬਾਣੀ ਹੁੰਦੀ ਹੈ ਵੀ ਤੂੰ ਪਿਛਲੇ ਜਨਮ ਦੇ ਵਿੱਚ ਬੜੇ ਮਾੜੇ ਕਰਮ ਕੀਤੇ ਸੀ, ਤੈਨੂੰ ਇਸ ਜਨਮ 'ਚ ਫਾਂਸੀ ਮਿਲਣੀ ਸੀ, ਠੀਕ ਆ, ਤੂੰ ਕਿਉਂਕਿ ਹੁਣ ਸਾਧੂ ਬਣ ਗਿਆ ਚੰਗੇ ਕਰਮ ਕਰਨ ਲੱਗ ਪਿਆ, ਜਿਹੜੀ ਤੇਰੀ ਫਾਂਸੀ ਸੀਗੀ ਉਹ ਸੂਲ 'ਚ ਕਿਰਮਟ ਹੋ ਗਈ, ਠੀਕ ਆ, ਤੇਰੇ ਕਿਲ ਚੁੱਭ ਗਈ,
ਕਹਿੰਦਾ ਵੀ ਜੇ ਪਿਛਲੇ ਜਨਮ ਵੀ ਮਾੜੇ ਕਰਮ ਕੀਤੇ ਸੀ, ਜੇ ਇਸ ਜਨਮ ਦਾ ਚੰਗੇ ਕਰਮ ਕਰਾਂਗੇ ਉਹਦੇ ਕਰਕੇ ਅਸੀਂ ਬਚ ਜਾਵਾਂਗੇ। ਇਹ ਵੀ ਨਾਲ ਗਾ, ਸਾਰੀ ਖੇਡ ਕਰਮਾਂ ਦੀ ਆ। ਤੁਸੀਂ ਪ੍ਰੈਜੈਂਟ 'ਚ ਕੀ ਕਰ ਰਹੇ ਹੋ? ਪ੍ਰੈਜੈਂਟ ਤਾਂ ਆਪਣੇ ਹੱਥ 'ਚ ਜਾਣਾ, ਉਹ ਤਾਂ ਕਿਸੇ ਹੱਥ 'ਚ ਨਹੀਂ ਨਾ। ਤੁਸੀਂ ਹੁਣ ਆਪਣੇ ਕਰਮ ਸੁਧਾਰ ਲਓ, ਤੁਹਾਡੀ ਕਿਸਮਤ ਚਮਕ ਜਾਊਗੀ। ਮੈਂ ਤਾਂ ਲੋਕਾਂ ਨੂੰ ਕਹਿੰਦਾ ਉਹਨਾਂ ਆਪਣੇ ਆਪ ਨੂੰ ਬਦਲੋ, ਤੁਹਾਡੀ ਕਿਸਮਤ ਬਦਲ ਜਾਊਗੀ। ਹੁਣ ਜਦੋਂ ਬੰਦਾ ਮੋਟਾ ਹੋ ਜਾਂਦਾ ਪੁੱਤਰ, ਡਾਕਟਰ ਕੀ ਕਹਿੰਦਾ? ਖਾਣ ਪੀਣ ਦੇ ਕੰਟਰੋਲ ਕਰ, ਸੈਰ ਕਰੋ, ਸੈਰ ਕਰ। ਜਦੋਂ ਉਹਨੇ ਆਪਣਾ ਲਾਈਫ ਸਟਾਈਲ ਬਦਲਿਆ ਉਹਦਾ ਭਾਰ ਘੱਟ ਗਿਆ ਨਾ। ਬਿਲਕੁਲ, ਇਹਦਾ ਮਤਲਬ ਉਹਨੇ ਆਪਣੇ ਆਪ ਨੂੰ ਬਦਲਿਆ। ਬਦਲਣ ਦੇ ਨਾਲ ਹੀ ਕੰਮ ਬਣਨਾ। ਵਿਵੇਕਾਨੰਦ ਜੀ ਕਹਿੰਦੇ, ਇਫ ਯੂ ਆਰ ਇਨ ਦਾ ਡਾਰਕ ਯੂ ਹੈਵ ਟੂ ਲਾਈਟ ਅ ਲੈਂਪ। ਅਗਰ ਤੁਸੀਂ ਹਨੇਰੇ 'ਚ ਹੈਗੇ ਹੋ, ਉਹ ਰੋਸ਼ਨੀ ਤੁਹਾਨੂੰ ਖੁਦ ਕਰਨੀ ਪੈਣੀ ਆ, ਬਾਹਰੋਂ ਕਿਸੇ ਨੇ ਨਹੀਂ ਕਰਨੀ। ਕੋਈ ਤੁਹਾਡਾ ਮਾਰਗ ਦਰਸ਼ਨ ਕਰ ਸਕਦਾ ਆ, ਅਲਟੀਮੇਟਲੀ ਬਦਲਣਾ ਤੁਹਾਨੂੰ ਪੈਣਾ ਆ। ਮੇਰੇ ਕੋਲ ਲੋਕ ਆਉਂਦੇ, ਮੈਂ ਉਹਨਾਂ ਲੋਕਾਂ ਨੂੰ ਗਾਈਡ ਕਰਦਾ, ਮੋਟੀਵੇਟ ਕਰਦਾ। ਉਹ ਜਦੋਂ ਮੇਰੇ ਕਹਿਣ 'ਤੇ ਆਪਣੇ ਆਪ ਨੂੰ ਬਦਲਦੇ ਆ ਤਾਂ ਉਹਨਾਂ ਦੀ ਕਿਸਮਤ ਵੀ ਬਦਲ ਜਾਂਦੀ ਆ ਜੀ। ਤੇ ਮੈਂ ਇਸ ਨੂੰ ਲੈ ਕੇ ਪੁੱਛਾਂਗੀ, ਕਈ ਵਾਰ ਇੱਦਾਂ ਹੁੰਦਾ, ਅਕਸਰ ਲੋਕ ਕਹਿੰਦੇ ਵੀ ਨੇ ਕੁਛ ਉਹਨਾਂ ਨਾਲ ਗਲਤ ਹੋਣ ਵਾਲਾ ਹੁੰਦਾ ਨਾ, ਉਹ ਪਹਿਲੇ ਹੀ ਕਹਿੰਦੇ ਮੈਨੂੰ ਵਾਈਬ ਆ ਰਹੀ ਹੈ, ਮੇਰੇ ਨਾਲ ਕੁਛ ਗਲਤ ਹੋਣ ਵਾਲਾ। ਇਸ ਚੀਜ਼ ਨੂੰ ਕਿਵੇਂ ਦੇਖਦੇ, ਕਿਉਂਕਿ ਸਾਇੰਸ ਜਿਹੜੀ ਹੈ ਨਾ ਅੱਜ ਦੀ, ਉਹ ਇਸ ਚੀਜ਼ਾਂ ਨੂੰ ਮੰਨਦੀ ਨਹੀਂ ਹੈਗੀ ਪੁੱਤਰ। ਸਾਰਾ ਸਾਇੰਸ ਇਸ ਤੋਂ ਪਰੇ ਆ, ਕਹਿੰਦੇ ਨਹੀਂ ਇਹ ਚੀਜ਼ ਹੁੰਦੀ ਹੀ ਨਹੀਂ। ਦੇਖੋ, ਸਾਇੰਸ ਨੇ ਫਿੰਗਰਪ੍ਰਿੰਟ ਤਾਂ ਸਾਇੰਸ ਨੇ ਪ੍ਰੂਵ ਕੀਤੇ ਕਿ ਨਹੀਂ ਕੀਤੇ? ਬਿਲਕੁਲ, ਮੈਂ ਤਾਂ ਨਹੀਂ ਕੀਤੇ ਜੀ। ਫਿੰਗਰਪ੍ਰਿੰਟ ਸਾਇੰਸ ਨੇ ਕੀਤੇ ਨਾ ਜੀ, ਵੀ ਫਿੰਗਰਪ੍ਰਿੰਟ ਕਦੀ ਬਦਲਦੇ ਨਹੀਂ। ਆਧਾਰ ਕਾਰਡ ਉੱਤੇ ਬਣਿਆ ਨਾ, ਤੇ ਮੈਂ ਫਿੰਗਰਪ੍ਰਿੰਟ ਤਾਂ ਪੜਦਾ ਜੀ, ਇਹ ਮੈਨੂੰ ਰੱਬ ਨੇ ਗਿਆਨ ਦਿੱਤਾ ਆ। ਫਿੰਗਰਪ੍ਰਿੰਟ ਦੀ ਭਾਸ਼ਾ ਮੈਨੂੰ ਪੜ੍ਹਨੀ ਆਉਂਦੀ ਆ, ਇਹ ਕਿਸੇ ਕਿਤਾਬ 'ਚ ਗਿਆਨ ਹੀ ਨਹੀਂ ਲਿਖਿਆ, ਇਹ ਤਾਂ ਮੈਨੂੰ ਰੱਬ ਨੇ ਗਿਫਟ ਕੀਤਾ ਆ। ਹੁਣ ਸਾਰੀ ਖੇਡ ਦਾ ਭਾਗ ਰਿਸ਼ਨ ਦੀ ਆ। ਪੰਡਿਤ ਵੀ ਤਾਂ ਹੱਥ ਦੇਖਦੇ ਹੁੰਦੇ ਆ, ਉਹ ਹੱਥ ਦੀਆਂ ਲਕੀਰਾਂ ਦੇਖਦੇ ਆ ਜੀ। ਇਹ ਪਾਮ ਆ ਜੀ, ਪਾਮ ਦੀਆਂ ਲਕੀਰਾਂ ਬਦਲਦੀਆਂ ਰਹਿੰਦੀਆਂ। ਆ ਮੈਂ ਫਿੰਗਰਪ੍ਰਿੰਟ ਦੇਖਦਾ, ਮਤਲਬ ਇਹਨਾਂ ਦੀ ਲਕੀਰਾਂ ਨਹੀਂ ਬਦਲਦੀਆਂ। ਜੇ ਫਿੰਗਰਪ੍ਰਿੰਟ ਬਦਲ ਗਏ ਤਾਂ ਆਧਾਰ ਕਾਰਡ ਦੀ ਵੈਲਿਊ ਜ਼ੀਰੋ ਆ ਜੀ। ਬਿਲਕੁਲ, ਠੀਕ ਹੈ ਨਾ। ਸਾਰੀ ਖੇਡ ਪੁੱਤ ਵਾਈਬ੍ਰੇਸ਼ਨ ਦੀ ਆ। ਜਦੋਂ ਕੋਈ ਕਿਸੇ ਨੂੰ ਆਪਾਂ ਮਿਲ, ਤੁਸੀਂ ਜ਼ਿੰਦਗੀ 'ਚ ਦੇਖੋ, ਤੁਹਾਨੂੰ ਕੋਈ ਬੰਦਾ ਜਾਣਕਾਰ ਹੁੰਦਾ, ਤੁਹਾਨੂੰ 20 ਸਾਲ ਤੋਂ ਬੰਦਾ ਜਾਣਦਾ, ਤੁਸੀਂ ਦੇਖ ਕੇ ਉਹਨੂੰ ਬਰੇ ਮੂੰਹ ਕਰ ਲੈਂਦੇ ਆ, ਕਿਉਂਕਿ ਤੁਹਾਨੂੰ ਤੁਸੀਂ ਉਹਨੂੰ ਮਿਲਣਾ ਨਹੀਂ ਚਾਹੁੰਦੇ। ਤੁਹਾਡੇ ਜਿਹੜਾ ਅੰਦਰ ਬੰਦਾ ਜਿਹੜੀ ਅੰਦਰ ਤੁਹਾਡੀ ਪ੍ਰਿਆ ਬੈਠੀ ਆ, ਉਹ ਉਹਨੂੰ ਮਿਲਣਾ ਨਹੀਂ ਚਾਹੁੰਦੀ, ਉਹ ਤੋਂ ਉਹਨੂੰ ਨੈਗੇਟਿਵ ਵਾਈਬ੍ਰੇਸ਼ਨ ਆ ਰਹੀ ਆ, ਉਹ ਤਾਂ ਨਹੀਂ ਮਿਲਣਾ ਚਾਹੁੰਦੀ। ਅੱਛਾ, ਤੁਸੀਂ ਕਹਿੰਦੇ ਜਾਣ ਬੰਦੇ ਨੂੰ ਮਿਲਦੇ ਆ, ਤੁਹਾਡਾ ਮਨ ਕਰਦਾ ਸੀ ਉਹਨਾਂ ਨਾਲ ਗੱਲ ਕਰਦੇ ਰਹੀਏ ਕਰਦੇ ਰਹੀਏ, ਸਮਟਾਈਮ ਹੁੰਦਾ ਕਿ ਨਹੀਂ ਹੁੰਦਾ? ਉਹ ਕਿੱਦਾਂ ਹੁੰਦਾ? ਤੁਸੀਂ ਉਹਨਾਂ ਨਾਲ ਗੱਲ ਕਰਨ ਦਾ ਕਿਉਂ ਚੰਗਾ ਲੱਗਦਾ? ਬੰਦਾ ਤਾਂ ਤੁਹਾਡਾ ਜਾਣਕਾਰੀ ਨਹੀਂ ਹੁੰਦਾ। ਸਾਰੀ ਖੇਡ ਪੁੱਤ ਵਾਈਬ੍ਰੇਸ਼ਨ ਦੀ ਆ। ਜੇ ਤੁਹਾਨੂੰ ਕਿਸੇ ਪੋਜ਼ਿਟਿਵ ਵਾਈਬ੍ਰੇਸ਼ਨ ਆਉਂਦੀ ਆ, ਤੁਹਾਡਾ ਮਨ ਕਰਦਾ ਉਹਨਾਂ ਨਾਲ ਗੱਲ ਕਰੀਏ। ਜੇ ਨੈਗੇਟਿਵ ਵਾਈਬ੍ਰੇਸ਼ਨ, ਤੁਸੀਂ ਕਹਿੰਦੇ ਜੀ ਭੱਜ ਜਾਈਏ, ਅਸੀਂ ਉਹਨਾਂ ਨਾਲ ਗੱਲ ਨਾ ਕਰੀਏ, ਅਸੀਂ ਨਿਕਲ ਜਾਈਏ। ਸਾਰਾ ਖੇਡ ਵਾਈਬ੍ਰੇਸ਼ਨ ਦਾ। ਔਰ ਮੈਨੂੰ ਰੱਬ ਨੇ, ਮੇਰੇ ਅੰਦਰ ਰੱਬ ਨੇ ਵਾਈਬ੍ਰੇਸ਼ਨ ਜ਼ਿਆਦਾ ਭਰੀ ਹੋਈ ਆ, ਮੈਂ ਲੋਕਾਂ ਦੀ ਵਾਈਬ੍ਰੇਸ਼ਨ ਕੈਚ ਕਰ ਲੈਂਦਾ। ਫਿਰ ਤਾਂ ਸਰ, ਜੇ ਤੁਸੀਂ ਹੁਣ ਤੁਹਾਡੇ ਕੋਲ ਕੋਈ ਆਉਂਦਾ ਹੈ, ਤੁਹਾਡਾ ਕੋਈ ਕੰਮ ਹੀ ਕਢਾਉਣਾ ਹੁੰਦਾ, ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਣਾ ਹੁੰਦਾ ਵੀ ਇਹ ਤਾਂ ਕੰਮ ਕਢਾਉਣ ਆਇਆ, ਫਿਰ ਨਫ਼ਰਤ ਨਹੀਂ ਹੁੰਦੀ? ਨਹੀਂ, ਅਕਸਰ ਇਦਾਂ ਹੁੰਦਾ। ਨਹੀਂ ਪੁੱਤਰ, ਦੇਖ, ਮੈਨੂੰ ਰੱਬ ਨੇ ਗਿਆਨ ਦਿੱਤਾ ਲੋਕਾਂ ਦਾ ਭਲਾ ਕਰਨ ਲਈ, ਮੈਂ ਲੋਕਾਂ ਨੂੰ ਸੱਚਾਈ ਦੱਸਦਾ ਆ। ਮੈਂ ਲੋਕਾਂ ਨੂੰ ਕਹਿੰਦਾ ਵੀ ਮੇਰੇ ਕੋਲ ਸੱਚ ਸੁਣਨਾ ਤਾਂ ਮੇਰੇ ਕੋਲ ਆ ਜਾਓ, ਨਹੀਂ ਤਾਂ ਹਰ ਜੋਸ਼ੀ ਕਹਿੰਦਾ ਵੀ ਤੁਹਾਡਾ ਪਾਏ ਹੋਜੂ, ਮਤਲਬ ਤਾਂ ਹਾਲ ਹੋਜੂ, ਹਰ ਕਹਿੰਦਾ ਕਿ ਨਹੀਂ ਕਹਿੰਦਾ? ਇਹ ਸਰ ਉਹੀ ਪੁੱਛ ਰਹੀ ਆ ਵੀ ਕਈ ਵਾਰ ਹੁੰਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਸਾਹਮਣੇ ਵਾਲਾ ਸਾਡੇ ਤੋਂ ਕੀ ਮਤਲਬ ਕੱਢਣ ਆਇਆ। ਹੁਣ ਤੁਸੀਂ ਸਭ ਕੁਝ ਦੱਸ, ਤੁਹਾਨੂੰ ਪਤਾ ਕਿ ਤੁਹਾਡੇ ਤੋਂ ਮਤਲਬ ਕੱਢਣ ਲਈ ਆ ਰਹੇ, ਉਸ ਤੋਂ ਕੁਛ ਅਲੱਗ ਉਦਾਂ ਨਹੀਂ ਹੁੰਦਾ ਵੀ ਇਹ ਤਾਂ ਮਤਲਬ ਹੀ ਆ, ਲਾਈਕ ਇਦਾਂ ਕੁਛ ਇਦਾਂ ਨਹੀਂ ਹੁੰਦਾ ਪੁੱਤਰ। ਅਗਲਾ ਆਪਣੀ ਸਮੱਸਿਆ ਲੈ ਕੇ ਮੇਰੇ ਕੋਲ ਆਇਆ, ਮੈਂ ਉਹਨੂੰ ਸ਼ੀਸ਼ਾ ਦਿਖਾਣਾ ਆ ਵੀ ਤੇਰੀ ਕਿਹੜੀ ਗਲਤੀ ਆ ਜਿਹਦੇ ਕਰਕੇ ਤੇਰਾ ਕੰਮ ਖਰਾਬ ਹੋ ਰਿਹਾ। ਇਹ 'ਚ ਮਤਲਬ ਵਾਲੀ ਗੱਲ ਕੋਈ ਨਹੀਂ, ਮੈਨੂੰ ਰੱਬ ਨੇ ਗਿਆਨ ਦਿੱਤਾ ਆ। ਜਿਹੜਾ ਕੁਦਰਤ ਮੈਨੂੰ ਸਾਰੀ ਖੇਡ ਵਾਈਬ੍ਰੇਸ਼ਨ ਦੀ ਤੁਹਾਨੂੰ ਦੱਸਿਆ ਵੀ ਮੈਨੂੰ ਕੁਦਰਤ ਨੇ ਮੈਨੂੰ ਇੱਕ ਇੰਟੂਟਿੰਗ ਪਾਵਰ ਇੰਨੀ ਸਟਰੋਂਗ ਦਿੱਤੀ ਆ ਵੀ ਸਾਹਮਣੇ ਵਾਲੇ ਬੰਦੇ ਬਾਰੇ ਮੈਨੂੰ ਪਤਾ ਚੱਲ ਜਾਂਦਾ ਆ। ਮੈਂ ਲੋਕਾਂ ਨੂੰ ਕਹਿੰਦਾ ਉਹਨੂੰ ਰੱਬ ਨੇ ਅੱਖਾਂ ਨਹੀਂ ਲਾਈਆਂ, ਮੈਨੂੰ ਅੱਖਾਂ ਨਹੀਂ ਦਿੱਤੀਆਂ, ਰੱਬ ਨੇ ਸਕੈਨਿੰਗ ਮਸ਼ੀਨ ਦਿੱਤੀ ਆ। ਜਿਹੜਾ ਮੇਰੇ ਕੋਲ ਆਉਂਦਾ ਬੰਦਾ ਸਕੈਨ ਹੋ ਜਾਂਦਾ ਆਪਣੇ ਆਪ। ਮੈਂ ਆਪਣੇ ਕਲਾਇੰਟ ਤੋਂ ਖੁਦ ਨਹੀਂ ਪੁੱਛਦਾ,
ਪਹਿਲੇ ਉਹਦੇ ਬਾਰੇ ਮੈਂ ਦੱਸਦਾ, ਤੁਹਾਨੂੰ ਕੁਝ ਪੁੱਛਿਆ ਸੀ ਮੈਂ? ਨਹੀਂ ਸੀਰੀਅਸਲੀ ਆਈ ਐਮ ਸ਼ੌਕਿੰਗ ਕਿ ਮੈਂ ਹਜੇ ਐਂਟਰ ਹੀ ਕੀਤੀ, ਤੁਸੀਂ ਮੇਰੇ ਬਾਰੇ ਸਭ ਕੁਝ ਦੱਸ। ਕਿੰਨੀ ਦੇਰ ਲਈ ਦੱਸਾਂ ਨੂੰ ਮੈਂ? ਬਸ 1 ਮਿੰਟ ਵੀ ਨਹੀਂ ਲੱਗਿਆ। ਤੁਹਾਡੇ ਫਿੰਗਰਪ੍ਰਿੰਟ ਦੇਖੇ? ਹਾਂਜੀ। ਤੁਹਾਨੂੰ ਮੈਂ ਕਿਹਾ ਤੁਹਾਨੂੰ ਗੁੱਸਾ ਆਉਂਦਾ ਜੀ, ਇੰਸਟੈਂਟਲੀ ਆਉਂਦਾ, ਤੁਹਾਡਾ ਹੱਥ ਕਰਚੀਲਾ ਵੀ ਤੁਹਾਡੇ ਦੱਸੋ, ਮੈਂ ਤੁਹਾਨੂੰ ਕਦੀ ਮਿਲਿਆ ਨਹੀਂ ਸੀ, ਫਸਟ ਟਾਈਮ ਵੀ, ਤੇ ਮੈਨੂੰ ਤੁਹਾਡੇ ਫਿੰਗਰਪ੍ਰਿੰਟ ਤੁਹਾਡੇ ਬਾਰੇ ਦੱਸਦੇ ਆ, ਤੁਹਾਡਾ ਚਿਹਰਾ ਮੈਨੂੰ ਤੁਹਾਡੇ ਬਾਰੇ ਦੱਸਦਾ, ਮੈਨੂੰ ਪੁੱਛਣ ਦੀ ਲੋੜ ਕੀ ਤੁਹਾਡੇ ਕੋਲੋਂ? ਜੇ ਮੈਂ ਤੁਹਾਨੂੰ ਪੁੱਛ ਕੇ ਤੁਹਾਡੇ ਬਾਰੇ ਗੱਲਾਂ ਦੱਸ ਰਹੀ ਹਾਂ ਤੇ ਮੈਨੂੰ ਫਿਰ ਆਪਣਾ ਕੀ ਗਿਆਨ ਦਿੱਤਾ? ਫਿਰ ਉਹੀ ਗੱਲ ਹੋ ਗਈ, ਉਹਦੇ ਭੇਤ ਜਾਣ ਕੇ ਉਹਦੇ ਭੇਤ ਦੱਸਣਾ। ਮੈਂ ਤਾਂ ਲੋਕਾਂ ਨੂੰ ਦੱਸਦਾ ਫਿਊਚਰ, ਸਾਰੀ ਕਹਾਣੀ ਫਿਊਚਰ ਦੀ ਹੈ। ਤੁਸੀਂ ਮੇਰੇ ਕੋਲ ਪਾਸਟ ਪੁੱਛਣਾ ਕਿ ਫਿਊਚਰ ਪੁੱਛਣਾ? ਸਾਨੂੰ ਫਿਊਚਰ ਤੋਂ ਮਤਲਬ ਹੈ, ਪਾਸਟ ਤੁਹਾਡਾ ਖਤਮ ਹੋ ਗਿਆ, ਉਹ ਤਾਂ ਸਿਰਫ ਗਲਤੀਆਂ ਕੀਤੀਆਂ ਨੂੰ ਸੁਧਾਰਿਆ ਜਾ ਸਕਦਾ। ਯੈਸ, ਮੈਂ ਤੁਹਾਨੂੰ ਇਹੀ ਦੱਸਦਾ ਵੀ ਤੁਸੀਂ ਪਾਸਟ ਕਿਹੜੀ ਗਲਤੀ ਕੀਤੀ ਆ ਜਿਹਦੇ ਕਰਕੇ ਤੁਹਾਡਾ ਇਸ ਵੇਲੇ ਕੰਮ ਖਰਾਬ ਹੋ ਰਿਹਾ, ਤੁਸੀਂ ਉਹ ਗਲਤੀ ਠੀਕ ਕਰੋ, ਤੁਹਾਡਾ ਕੰਮ ਬਣ ਜਾਊਗਾ। ਫੇਸ ਰੀਡਿੰਗ ਤਾਂ ਬਹੁਤ, ਮੈਂ ਬਹੁਤ ਜਣੇ ਸੁਣੇ ਹੋਇਆ ਫੇਸ ਰੀਡਿੰਗ ਬਾਰੇ ਵੀ, ਉਹ ਵੀ ਫੇਸ ਰੀਡਰ, ਉਹ ਵੀ ਫੇਸ ਰੀਡਰ ਆ, ਮੈਨੂੰ ਕਈ ਕਹਿੰਦੇ ਵੀ ਨੇ ਕਿ ਤੂੰ ਉਹਦੇ ਕੋਲ ਜਾ ਤੇਰੇ ਬਾਰੇ ਦੱਸਣਗੇ ਇੱਦਾਂ, ਪਰ ਇਹ ਜਿਹੜਾ ਵੋਇਸ ਰੀਡਿੰਗ ਫਿੰਗਰਪ੍ਰਿੰਟ ਰੀਡਿੰਗ ਨਾਲ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ, ਮਤਲਬ ਇਹ ਬਹੁਤ ਅਲੱਗ ਜਿਹੀ ਚੀਜ਼ ਆ, ਸਾਡ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਇਸ ਬਾਰੇ ਨਹੀਂ ਪਤਾ, ਫੇਸ ਰੀਡਿੰਗ ਪਤਾ ਹੋਏਗਾ ਪਰ ਵੋਇਸ ਰੀਡਿੰਗ ਫਿੰਗਰਪ੍ਰਿੰਟ ਰੀਡਿੰਗ ਦਾ ਨਹੀਂ ਪਤਾ ਹੋਏਗਾ ਮੇਰੇ ਹਿਸਾਬ ਨਾਲ। ਮੈਨੂੰ ਗੱਲ ਦੱਸ ਪੁੱਤਰ, ਵੀ ਕਿਸੇ ਜੋਸ਼ੀ ਨੇ ਕਿਹਾ ਅੱਜ ਤੱਕ ਵੀ ਉਪਾਅ ਨਹੀਂ ਕਰਨਾ? ਹਰ ਕੋਈ ਕਹਿੰਦਾ ਤੁਹਾਡੇ ਤੇ ਭਾਰੀ ਹੈ, ਤੁਸੀਂ ਇਹ ਪੂਜਾ ਕਰਾਓ, ਤੁਸੀਂ ਆਹ ਪਾਠ ਕਰਾਓ, ਤੁਹਾਡੇ ਖੁਸ਼ ਹੋਣਗੇ, ਉਹ ਫਿਰ ਤੁਹਾਡਾ ਹੱਲ ਹੋਏਗਾ। ਪੁੱਤਰ ਮੈਂ ਉਹੀ ਤਾਂ ਗੱਲ ਕਹਿੰਦਾ ਆ ਵੀ ਮੈਂ ਕੋਈ ਉਪਾਅ ਨਹੀਂ ਕਰਾਉਂਦਾ, ਮੇਰਾ ਕਨਸੈਪਟ ਹੈ ਨੋ ਰੈਮਡੀ ਕਨਸੈਪਟ, ਕੋਈ ਉਪਾਅ ਨਹੀਂ ਕਰਨਾ। ਮੇਰੇ ਕੋਲ ਇੱਕ ਕਰੋਨਾ ਕਾਲ ਦੇ ਵਿੱਚ ਮੈਡਮ ਬੇਲਾ ਤਿਵਾਰੀ ਆ ਯੂਪੀ ਦੀ, ਉਹਨਾਂ ਦਾ ਮੈਨੂੰ ਫੋਨ ਆਇਆ, ਉਹ ਰੋ ਰਹੇ ਸੀ। ਮੈਂ ਕਿਉਂ ਰੋ ਰਹੇ ਹੋ ਤੁਸੀਂ? ਉਹ ਕਹਿੰਦੀ ਮੇਰੇ ਘਰ ਨੂੰ ਕਰੋਨਾ ਹੋ ਗਿਆ, ਡਾਕਟਰਾਂ ਜਵਾਬ ਦੇ ਦਿੱਤਾ ਆ। ਮੈਂ ਉਹਦੀ ਆਵਾਜ਼ ਸੁਣ ਕੇ ਕਿਹਾ ਵੀ ਤੇਰੀ ਆਵਾਜ਼ ਮੁਤਾਬਕ ਮੈਂ ਰੀਡਿੰਗ ਕੀਤੀ ਆ ਵੀ ਤੇਰੇ ਵਿਧਵਾ ਯੋਗ ਨਹੀਂ ਹੈਗਾ, ਜੇ ਤੇਰੇ ਵਿਧਵਾ ਯੋਗ ਨਹੀਂ ਹੈ ਤੇ ਤੇਰਾ ਘਰ ਵਾਲਾ ਮਰ ਨਹੀਂ ਸਕਦਾ, ਠੀਕ ਆ, ਤੂੰ ਡਾਕਟਰ ਨੂੰ ਕਿਹਾ ਵੀ ਇਲਾਜ ਕਰੋ, ਕੋਈ ਗੱਲ ਨਹੀਂ ਜੇ ਬਚਣਾ ਉਹ ਬਚ ਜਾਊਗਾ, ਤੁਸੀਂ ਇਲਾਜ ਕਰੋ, ਨਾ ਕਰੋ। ਚਲੋ ਉਹਨਾਂ ਨੇ ਡਾਕਟਰ ਨਾਲ ਇਲਾਜ ਕਰਨਾ ਸ਼ੁਰੂ ਕਰ ਦਿੱਤਾ, ਜਾਂ ਡਾਕਟਰ ਲਿਖਾ ਲੈਂਦੇ ਨਾ ਵੀ ਅਸਾਈਨ ਕਰ ਦਿਓ, ਕਰ ਦਿੱਤਾ। ਅਤੇ ਉਹ 15 ਦਿਨਾਂ ਬਾਅਦ ਮੈਨੂੰ ਫੋਨ ਆਇਆ ਵੀ ਮੇਰਾ ਘਰ ਵਾਲਾ ਬਚ ਗਿਆ, ਤੇ ਪੁੱਤ ਉਹਦਾ ਵਿਧਵਾ ਯੋਗ ਨਹੀਂ ਸੀ ਇਸ ਕਰਕੇ ਉਹਦਾ ਘਰ ਵਾਲਾ ਮਰਿਆ ਨਹੀਂ ਜੀ। ਮੈਂ ਤਾਂ ਭਵਿੱਖਬਾਣੀ ਕਰਦਾ ਪੁੱਤਰ ਜੀ, ਤੁਸੀਂ ਭਵਿੱਖਬਾਣੀ ਲੈਣੀ ਹੈ ਕਿ ਆਪਣਾ ਪਾਸਟ ਪੁੱਛਣਾ? ਪਾਸਟ ਤੁਹਾਨੂੰ ਪਤਾ ਹੋ ਚੁੱਕਾ, ਤੇ ਮੈਂ ਪਾਸਟ ਦਾ ਫ੍ਰੀ ਦੱਸਦਾ, ਮੈਂ ਉਹਦਾ ਕੋਈ ਪੈਸਾ ਨਹੀਂ ਹੈ, ਤੇ ਜਿਹੜਾ ਆਪਣੇ ਫਿਊਚਰ ਆ ਉਹਦੇ ਬਾਰੇ ਮੈਂ ਦੱਸਦਾ, ਆਪਣੇ ਜਿਹੜੀ ਉਹ ਚਾਰਜਸ ਹੈਗੇ ਨੇ, ਠੀਕ ਆ। ਜਿਵੇਂ ਤੁਸੀਂ ਕਹਿ ਰਹੇ ਹੋ ਤੁਸੀਂ ਭਵਿੱਖਬਾਣੀ ਦੱਸਦੇ ਹੋ ਲੋਕਾਂ ਦੀ, ਮੈਂ ਕਾਫੀ ਲੋਕ ਆਉਂਦੇ ਹੋਣੇ ਤੁਹਾਡੇ ਕੋਲ, ਪਰ ਮੈਂ ਮਤਲਬ ਸੁਣਨਾ ਚਾਹੁੰਦੀ ਵੀ ਤੁਹਾਡੇ ਕੋਲ ਜਿੰਨੇ ਵੀ ਲੋਕ ਆਉਂਦੇ ਨੇ ਭਵਿੱਖਬਾਣੀ ਤੁਸੀਂ ਉਹਨਾਂ ਨੂੰ ਦੱਸਦੇ ਹੋ, ਉਹ 'ਚ ਬੈਡ ਥਿੰਗਸ ਜ਼ਿਆਦਾ ਇਨਵੋਲਵ ਨੇ ਕਿ ਗੁੱਡ ਥਿੰਗਸ? ਦੋਨੇ ਮਿਕਸ ਹੁੰਦੀਆਂ ਨੇ ਜ਼ਿਆਦਾ। ਦੇਖੋ ਲੋਕਾਂ ਦੀਆਂ, ਜ਼ਿਆਦਾਤਰ ਲੋਕਾਂ ਦੀਆਂ ਆਪਣੀਆਂ ਗਲਤੀਆਂ ਕਰਕੇ ਕੰਮ ਖਰਾਬ ਹੁੰਦੇ ਆ, ਅਤੇ ਵੀ ਜਦੋਂ ਮੈਂ ਉਹਨਾਂ ਦੱਸਦਾ ਤੁਸੀਂ ਆਹ ਗਲਤੀ ਕਰ ਰਹੇ ਹੋ, ਤੁਸੀਂ ਆਹ ਗਲਤੀ ਠੀਕ ਕਰੋ ਅਤੇ ਤੁਹਾਡਾ ਕੰਮ ਬਣ ਜਾਊਗਾ, ਦੋਨੇ ਚੀਜ਼ਾਂ ਹੁੰਦੀਆਂ। ਕਈ ਲੋਕ ਚੰਗਾ ਕੰਮ ਕਰ ਰਹੇ ਹੁੰਦੇ ਆ ਅਤੇ ਮੈਂ ਕਿਹਾ ਤੁਸੀਂ ਆਹ ਗੱਲ ਬਹੁਤ ਅੱਛੀ ਕਰ ਰਹੇ ਹੋ, ਉਹ ਕਹਿੰਦੇ ਮੈਂ ਆਲਰੇਡੀ ਕਰ ਰਿਹਾ, ਅਤੇ ਮੈਂ ਕਿਹਾ ਉਹਦੇ ਕਰੇ ਤੁਹਾਡੇ ਕੰਮ ਬਣ ਰਹੇ ਆ, ਮਤਲਬ ਕਿਤੇ ਨਾ ਕਿਤੇ ਸਾਡੇ ਇੱਥੇ ਕਰਮ ਦੀ ਹੀ ਗੱਲ ਆ, ਸਾਰੀ ਖੇਡ ਕਰਮਾਂ ਦੀ ਹੈ। ਤੁਸੀਂ ਚੰਗੇ ਕਰਮ ਕਰੋਗੇ ਤਾਂ ਚੰਗਾ ਫਲ ਆਊਗਾ, ਮਾੜੇ ਕਰੋਗੇ ਤਾਂ ਮਾੜਾ ਫਲ ਆਊਗਾ। ਗੇਂਦ ਆ ਨਾ ਆਪਾਂ, ਗੇਂਦ ਆਪਾਂ ਘੁਮਾ ਕੇ ਮਾਰਦੇ ਹਾਂ ਦੀਵਾਰ ਤੇ, ਵਾਪਸ ਇਨ ਰਿਟਰਨ ਘੁੰਮ ਕੇ ਕਿੱਥੇ ਆਉਣੀ ਮੇਰੇ ਕੋਲ? ਜੇ ਮਾੜਾ ਕਰਮ ਜਾਊਗਾ ਮੇਰੇ ਕੋਲੋਂ ਤਾਂ ਵਾਪਸ ਆਊਗਾ, ਚੰਗਾ ਕਰਮ ਕਰਾਂਗੇ ਤਾਂ ਵਾਪਸ ਆਊਗਾ। ਹੁਣ ਜਿਵੇਂ ਤੁਹਾਡੇ ਕੋਲ ਨੈਚੁਰਲ ਪਾਵਰਸ ਨੇ, ਤੁਹਾਡੇ ਕੋਲ ਆਉਂਦੇ ਵੀ ਨੇ ਲੋਕੀ, ਤੇ ਕਈ ਵਾਰ ਕੁਛ ਏਦਾਂ ਦੇ ਕੇਸ ਹੁੰਦੇ ਆ ਤੁਹਾਨੂੰ ਦੱਸਣਾ ਪੈਂਦਾ ਉਹਨਾਂ ਨੂੰ ਵੀ ਤੇਰੇ ਨਾਲ ਏਦਾਂ ਹੋਣਾ ਉਹ ਹੋਣਾ, ਤੇ ਕਈ ਵਾਰ ਬਹੁਤ ਸ਼ੌਕਿੰਗ ਚੀਜ਼ਾਂ ਹੁੰਦੀਆਂ ਨੇ ਉਹ ਦੱਸਣ ਵੇਲੇ, ਥੋੜ੍ਹਾ ਜਿਹਾ ਇਮੋਸ਼ਨਲ ਨਹੀਂ ਹੁੰਦੇ ਜਾਂ ਫੀਲ ਨਹੀਂ ਹੁੰਦੀ ਉਹ ਚੀਜ਼ ਵੀ, ਮੈਂ ਇਸ ਬੰਦੇ ਨੂੰ ਇਹ ਦੱਸਾਂਗਾ ਤੇ ਸ਼ਾਇਦ ਫੀਲ ਕਰ ਜੇ ਜਾਂ ਲਾਈਕ ਏਦਾਂ ਕੁਛ?
ਤੇ ਗੱਲ ਪੁੱਤਰ ਮੈਂ ਤੈਨੂੰ ਪਹਿਲੇ ਗੱਲ ਕਹੀ, ਮੈਨੂੰ ਜੋ ਫਿੰਗਰਪ੍ਰਿੰਟ ਦੀ ਭਾਸ਼ਾ ਮੈਨੂੰ ਪੜ੍ਹਨੀ ਆਉਂਦੀ ਹੈ, ਜੋ ਮੈਨੂੰ ਨਜ਼ਰ ਆਊਗਾ ਉਹ ਮੈਂ ਸੱਚ ਦੱਸਣਾ, ਚਾਹੇ ਪਲੱਸ ਆ ਚਾਹੇ ਮਾਈਨਸ ਆ। ਮੈਂ ਕਹਿੰਦਾ ਮੈਨੂੰ, ਮੈਂ ਆਪਣੇ ਗਿਆਨ ਦੇ ਪ੍ਰਤੀ ਇੰਨਾ ਇਮਾਨਦਾਰ ਹਾਂ ਵੀ ਮੈਂ ਸਾਹਮਣੇ ਵਾਲੇ ਝੂਠ ਬੋਲਦਾ ਹੀ ਨਹੀਂ, ਜੇ ਕੰਮ ਬਣਨਾ ਤਾਂ ਡੰਗੇ ਦੀ ਚੋੜ ਤੇ ਬਣਨਾ, ਤੇ ਜੇ ਨਹੀਂ ਬਣਨਾ ਤਾਂ ਵੀ ਕਹਿੰਦਾ ਨਹੀਂ ਬਣਨਾ। ਦੁਸ਼ਮਣੀ ਕੀ ਹੁੰਦੀ ਆ, ਰੱਬ ਨੇ ਚੀਜ਼ਾਂ ਦੋ ਬਣਾਈਆਂ, ਇੱਕ ਆਸਤਕ ਆ ਇੱਕ ਨਾਸਤਕ ਆ, ਇੱਕ ਪਲੱਸ ਆ ਇੱਕ ਮਾਈਨਸ ਆ, ਲਾਭ ਆ ਹਾਨੀ ਆ, ਜਸ਼ ਆ ਅਪਜਸ਼ ਆ। ਬੰਦਾ ਜੰਮੂਗਾ ਬੰਦਾ ਮਰਜੂਗਾ, ਰੱਬ ਨੇ ਚੀਜ਼ਾਂ ਦੋ ਬਣਾਈਆਂ, ਜੱਜ ਜਾਂ ਤੁਹਾਨੂੰ ਬਰੀ ਕਰੂਗਾ ਜਾਂ ਤੁਹਾਨੂੰ ਸਜ਼ਾ ਦਊਗਾ। ਮੇਰੇ ਹੀ ਭਵਿੱਖਬਾਣੀਆਂ ਹੁੰਦੀਆਂ ਨੇ, ਕੰਮ ਬਣੂਗਾ, ਵਿਲ ਨੋਟ ਕੈਨ, ਬਣ ਸਕਦਾ ਹੈ ਹੋ ਸਕਦਾ ਹੈ ਨਾ, ਬਣੇਗਾ ਜਾਂ ਨਹੀਂ ਬਣੇਗਾ, ਗੱਲਾਂ ਤੋਂ ਹੀ ਆ ਸਟ੍ਰੇਟ ਫਾਰਵਰਡ। ਬਿਲਕੁਲ ਹੋਗਾ ਜਾਂ ਤੋਂ ਨਹੀਂ ਹੋਗਾ, ਹੋਗਾ ਤੋ ਵੀ ਗਰੰਟੀ, ਨਹੀਂ ਹੋਗਾ ਤੋ ਵੀ ਗਰੰਟੀ। ਮਤਲਬ ਤੁਸੀਂ ਇਦਾਂ ਕਹੇ ਵੀ ਹੋਪਸ ਨਹੀਂ ਦਿੰਦੇ, ਸਿੱਧਾ ਕਰਨੇ ਹੋਣਾ ਤੇ ਹੋ ਜਾਏਗਾ ਨਹੀਂ ਹੋਣਾ, ਮਤਲਬ ਵੀ ਇਹ ਗੱਲ ਆ ਵੀ ਹਰ ਜੋਤਸ਼ੀ ਆਪਣੇ ਕਲਾਇੰਟ ਨੂੰ ਝੂਠੀ ਆਸ ਦਿੰਦਾ। ਅਕਸਰ ਲੋਕ ਮੈਂ ਦੇਖਿਆ ਵੀ ਆ ਜੋਤਿਸ਼ ਦੇ ਚੱਕਰਾਂ ਤੇ ਲੋਕ, ਮੇਰੇ ਕੋਲ ਲੋਕੀ ਮੈਕਸਿਮਮ ਉਹ ਆਂਦੇ ਆ ਜਿਹੜੇ ਜੋਤਸ਼ੀਆਂ ਤੋਂ ਲੁੱਟੇ ਪੁੱਟੇ ਹੋਏ ਆ, ਅੱਕ ਚੁੱਕੇ ਆ। ਉਹ ਪਤਾ ਕੀ ਕਹਿੰਦੇ ਆ, ਤੁਸੀਂ ਸਾਡੀ ਆਖਰੀ ਹੋਪ ਹੋ, ਆਖਰੀ ਤੁਹਾਡੇ ਕੋਲ ਅਸੀਂ ਆਖਰੀ ਬੰਦੇ ਹੋ ਜਿਹਨਾਂ ਕੋਲ ਅਸੀਂ ਆਉਣਾ, ਅੱਜ ਤੋਂ ਬਾਅਦ ਅਸੀਂ ਕਿਸੇ ਕੋਲ ਜਾਣਾ ਨਹੀਂ ਹੈ, ਤੇ ਮੈਂ ਉਹਨਾਂ ਨੂੰ ਨਿਰਾਸ਼ ਨਹੀਂ ਕਰਦਾ ਨਾਲੇ ਵੀ ਕਰਦਾ। ਸਰ ਹੁਣ ਮੇਰਾ ਆਖਰੀ ਸਵਾਲ ਹੈ ਤੁਹਾਡੇ ਨਾਲ, ਜਿਵੇਂ ਅੱਜ ਕੱਲ ਤੁਸੀਂ ਵੀ ਦੇਖਿਆ ਲੋਕ ਬਹੁਤ ਵਹਿਮ ਚ ਜੀ ਰਹੇ ਨੇ, ਹੈ ਨਾ, ਕਦੇ ਕਿਸੇ ਕੋਲ ਜਾਂਦੇ ਨੇ, ਕਦੇ ਕਿਸੇ ਕੋਲ ਹੱਲ ਨਹੀਂ ਹੁੰਦਾ, ਹਰ ਇਨਸਾਨ ਦੁਖੀ ਹੈ ਕਦੇ ਕਿਸੇ ਚੀਜ਼ ਨੂੰ ਲੈ ਕੇ ਕੋਈ ਕਿਸੇ, ਤੇ ਮੈਂ ਚਾਹੁੰਦੀ ਤੁਸੀਂ ਸਾਡੇ ਪਬਲਿਕ ਨੂੰ ਇੱਕ ਸੰਦੇਸ਼ ਦਿਓ ਇਹਨਾਂ ਨੂੰ ਵਹਿਮਾਂ ਚੋਂ ਕੱਢੋ, ਤੇ ਕੋਈ ਹੁਣ ਤੁਹਾਡਾ ਕੰਟੈਕਟ ਕਰਨਾ ਚਾਹੁੰਦਾ ਕਿਵੇਂ ਕਰੇ, ਮੈਂ ਚਾਹੁੰਦੀ ਕਿ ਤੁਸੀਂ ਜ਼ਰੂਰ ਦੱਸੋ ਉਹਨਾਂ ਨੂੰ। ਦੇਖੋ ਜੀ, ਮੇਰੀ ਵੈਬਸਾਈਟ ਬਣੀ ਆ ਕਰਮ ਦਰਸ਼ਨ ਦੇ ਨਾਂ 'ਤੇ, ਤੁਸੀਂ ਮੇਰੇ ਬਾਰੇ ਜਾਣਕਾਰੀ ਲੈਣੀ ਮੇਰੀ ਵੈਬਸਾਈਟ ਦੇਖੋ, ਮੇਰਾ ਯੂਟਿਊਬ ਚੈਨਲ ਆ ਕਰਮ ਦਰਸ਼ਨ, ਉਹਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਮੇਰੀ ਐਪ ਬਣ ਚੁੱਕੀ ਕਰਮ ਦਰਸ਼ਨ ਨਾਂ 'ਤੇ, ਮੇਰੀ ਐਪ ਡਾਊਨਲੋਡ ਕਰੋ, ਠੀਕ ਆ। ਮੇਰਾ ਫੇਸਬੁੱਕ ਪੇਜ, ਇੰਸਟਾਗ੍ਰਾਮ ਪੇਜ, ਹਰ ਮੇਰਾ ਸੋਸ਼ਲ ਮੀਡੀਆ ਪਲੇਟਫਾਰਮ ਜਿਹੜਾ ਆ ਉਹ ਕਰਮ ਦਰਸ਼ਨ ਦੇ ਨਾਂ 'ਤੇ ਆ, ਠੀਕ ਆ। ਅਤੇ ਤੁਸੀਂ ਮੇਰੀ ਸੰਸਥਾ ਨੂੰ ਫੋਨ ਕਰੋ, ਮੇਰੀ ਟੀਮ ਨੂੰ ਫੋਨ ਕਰੋ, ਉਹ ਤੁਹਾਨੂੰ ਆਪਣਾ ਤੁਸੀਂ ਅਪੁਆਇੰਟਮੈਂਟ ਬੁੱਕ ਕਰਾਓ, ਚਾਹੇ ਤੁਸੀਂ ਮੈਨੂੰ ਪਰਸਨਲੀ ਮਿਲੋ, ਚਾਹੇ ਮੈਨੂੰ ਔਨਲਾਈਨ ਮਿਲੋ, ਚਾਹੇ ਮੈਨੂੰ ਆਫਲਾਈਨ ਮਿਲੋ, ਮੇਰੀ ਪ੍ਰੈਡਿਕਸ਼ਨ 'ਚ ਕੋਈ ਫਰਕ ਨਹੀਂ ਪੈਣਾ, ਉਹ ਤੁਹਾਨੂੰ ਐਕੂਰੇਟ ਮਿਲੇਗੀ, ਚਾਹੇ ਮੈਨੂੰ ਆਫਲਾਈਨ ਮਿਲੋ ਚਾਹੇ ਔਨਲਾਈਨ ਮਿਲੋ। ਸੋ ਬਹੁਤ ਬਹੁਤ ਧੰਨਵਾਦ ਸਰ, ਗੱਲਬਾਤ ਕੀਤੀ, ਬਹੁਤ ਇੰਟਰਸਟਿੰਗ ਲੱਗਿਆ, ਬਹੁਤ ਮਜ਼ਾ ਵੀ ਆਇਆ ਸੁਣ ਕੇ, ਕਿਉਂਕਿ ਅੱਜ ਕੱਲ੍ਹ ਲੋਕ ਜਿਹੜੇ ਨੇ ਵਹਿਮਾਂ ਦੇ ਵਿੱਚ ਹੀ ਜੀ ਰਹੇ ਨੇ, ਕਿਤੇ ਨਾ ਕਿਤੇ ਤੁਹਾਨੂੰ ਵੀ ਕੋਈ ਦਿੱਕਤ ਆਉਂਦੀ, ਅਕਸਰ ਤੁਹਾਨੂੰ ਵੀ ਲੋਕ ਸੁਜੈਸਟ ਕਰਦੇ ਹੀ ਨੇ ਕਿ ਤੁਸੀਂ ਇਹ ਪੰਡਿਤ ਕੋਲ ਜਾਓ, ਉਹ ਪੰਡਿਤ ਕੋਲ ਜਾਓ, ਲੇਕਿਨ ਅੱਜ ਦੀ ਜਿਹੜੀ ਅਸੀਂ ਗੱਲਬਾਤ ਕੀਤੀ ਆ ਕੁਮਾਰ ਅਸ਼ਵਨੀ ਜੀ ਨਾਲ, ਉਹਨਾਂ ਨੇ ਸਾਨੂੰ ਇੱਕੋ ਗੱਲ ਦੱਸੀ ਕਿ ਜਿਹੜੀ ਚੀਜ਼ ਕਰਮਾਂ 'ਚ ਹੈਗੀ ਆ ਉਹ ਹੋ ਕੇ ਰਹਿਣੀ ਆ, ਅਤੇ ਕਰਮ 'ਤੇ ਹੀ ਹਰ ਚੀਜ਼ ਡਿਪੈਂਡ ਕਰਦੀ ਆ, ਅਤੇ ਵਹਿਮਾਂ 'ਚ ਨਾ ਜੀਓ। ਹਾਂ, ਜੇਕਰ ਤੁਹਾਨੂੰ ਕੋਈ ਦਿੱਕਤ ਹੈ ਤੁਸੀਂ ਇੱਕ ਵਾਰ ਕੁਮਾਰ ਅਸ਼ਵਨੀ ਜੀ ਨਾਲ ਜ਼ਰੂਰ ਕੰਟੈਕਟ ਕਰੋ, ਨੰਬਰ ਜਿਹੜਾ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ, ਲੋਕੇਸ਼ਨ ਵੀ ਜਿਹੜੀ ਆ ਉਹਨਾਂ ਨੇ ਦਿੱਤੀ ਹੋਈ ਹੈ, ਅਤੇ ਬਾਕੀ ਇਨਫੋਰਮੇਸ਼ਨ ਜਿਹੜੀ ਉਹਨਾਂ ਨੇ ਆਪ ਤੁਹਾਨੂੰ ਦੱਸ ਦਿੱਤੀ ਹੈ। ਦੇਖੋ ਪੁੱਤਰ, ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਰੁਕ ਜਾ ਲੈ ਬੇਟਾ, ਮੈਂ ਲੋਕਾਂ ਨੂੰ ਆਪਣੇ ਦਰਸ਼ਕਾਂ ਨੂੰ ਗੱਲ ਕਹਿਣੀ ਚਾਹੁੰਦਾ, ਤੁਹਾਡੇ ਸਾਰੇ ਦਰਸ਼ਕਾਂ ਨੂੰ, ਵੀ ਤੁਸੀਂ ਮੈਨੂੰ ਸਿਰਫ ਇੱਕ ਵਾਰ ਸੇਵਾ ਦਾ ਮੌਕਾ ਦੇਣਾ, ਇੱਕ ਵਾਰ ਮੇਰੇ ਕਹਿਣ 'ਤੇ। ਮੈਂ ਤੁਹਾਡਾ ਪ੍ਰੋਮਿਸ ਕਰਦਾ ਤੁਹਾਨੂੰ ਮੈਂ ਨਿਰਾਸ਼ ਨਹੀਂ ਕਰੂੰਗਾ, ਅਤੇ ਦੂਜੀ ਵਾਰੀ ਤੁਸੀਂ ਕਿਸੇ ਕੋਲ ਜਾਣ ਜੋਗੇ ਨਹੀਂ ਰਹੋਗੇ, ਆਈ ਪ੍ਰੋਮਿਸ, ਗਿਵ ਮੀ ਓਨਲੀ ਵਨ ਚਾਂਸ। ਬਹੁਤ ਬਹੁਤ ਧੰਨਵਾਦ ਸਰ। ਸੋ ਜਿਹਨੂੰ ਕੋਈ ਪ੍ਰੋਬਲਮ ਹੈ, ਕੋਈ ਕੰਟੈਕਟ ਕਰਨਾ ਚਾਹੁੰਦਾ, ਸਰ ਨੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦਿੱਤੀ ਹੈ, ਅਤੇ ਨਾਲ ਹੀ ਸਕਰੀਨ 'ਤੇ ਤੁਹਾਡਾ ਨੰਬਰ ਸ਼ੋ ਹੋ ਰਿਹਾ, ਉਸ ਨੰਬਰ 'ਤੇ, ਉਸ ਲੋਕੇਸ਼ਨ 'ਤੇ ਜਾ ਕੇ ਤੁਸੀਂ ਉਹਨਾਂ ਨੂੰ ਆਫਲਾਈਨ ਕੰਟੈਕਟ ਕਰ ਸਕਦੇ ਹੋ, ਔਨਲਾਈਨ ਵੀ ਉਹਨਾਂ ਨਾਲ ਕੰਟੈਕਟ ਕਰ ਸਕਦੇ।